ਹੀ ਨਮ ਭਗਤੀ ਹੀ ਨਮ ਸੁਰੇਸ਼ਵਰ ਯਤ ਪੂਜਿਤਮ ਮਯਾ ਦੇਵ ਪਰਿਪੂਰਨ ਤਦਸਤੁ ਮੇ। ਹਰਿਨਾਕਸ਼ਪੋ ਤੇ ਧਾਇ ਵਾਹਿਗੁਰੂ ਸਾਤ ਸੰਗਤ ਸਭ ਰਲ ਮਿਲ ਬੋਲੋ ਮੇਰੇ ਮਨੋ ਨ ਵਿਸਰੇ ਵਾਹਿਗੁਰੂ ਹਰੀ ਓਮ ਹਰਿ ਓਮ ਹਰਿ ਓਮ। ਭਾਗਵਤ ਦੇ ਵਿੱਚ ਵੀ ਜਾਣੇ ਹੋ, ਕੀਰਤਨਾਂ ਦੇ ਵਿੱਚ ਵੀ ਜਾਣੇ ਹੋ, ਰਾਮਾਇਣ ਦੇ ਵਿੱਚ ਵੀ ਜਾਣੇ ਹੋ, ਔਰ ਆਪਣੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਵੀ ਜਾਣੇ, ਪਰ ਮੈਨੂੰ ਇੱਕ ਵੀ ਜਗਰਾਤਾ ਐਸਾ ਨਹੀਂ ਦੇਖਣ ਨੂੰ ਮਿਲਿਆ ਵੀ ਜਿੱਥੇ ਜਗਰਾਤਾ ਹੋਈ ਜਾਂਦਾ ਹੋਵੇ ਔਰ ਮਾਤਾ ਸ਼ੇਰਾਂ ਵਾਲੀ ਉੱਥੇ ਆਈ ਹੋਵੇ। ਮੈਨੂੰ ਇੱਕ ਵੀ ਭਾਗਵਤ ਦੇ ਵਿੱਚ ਏਦਾਂ ਦੇਖਣ ਨੂੰ ਨਹੀਂ ਮਿਲਿਆ ਪੰਡਿਤ ਜੀ ਸਾਕਸ਼ੀ ਨੇ ਵੀ ਜਿੱਥੇ ਕ੍ਰਿਸ਼ਨ ਭਗਵਾਨ ਆਏ ਹੋਣ। ਮੈਨੂੰ ਕਿਸੇ ਵੀ ਕੀਰਤਨ ਦੇ ਵਿੱਚ ਰਾਮ ਭਗਵਾਨ ਆਉਂਦੇ ਹੋਏ ਨਹੀਂ ਵੇਖੇ। ਕਿਉਂ ਨਹੀਂ ਵੇਖੇ? ਕਾਰਨ ਹੈ, ਹੁਣ ਇੱਕ ਪਾਸੇ ਰਾਮਾਇਣ ਹੁੰਦੀ ਹੈ ਤੇ ਰਾਮਾਇਣ ਜਦੋਂ ਘਰੇ ਪ੍ਰਕਾਸ਼ ਹੁੰਦੀ ਹੈ ਰਿਸ਼ਤੇਦਾਰ ਆਉਂਦੇ ਹੈ, ਪਹਿਲਾਂ ਤਾਂ ਆਉਣ ਸਾਰ ਬੰਦਾ ਮੱਥਾ ਟੇਕ ਕੇ, ਗੱਲ ਜਰਾ ਸੋਚਣ ਵਾਲੀ ਹੈ, ਜਰਾ ਗੌਰ ਕਰਿਓ, ਆਉਣ ਸਾਰ ਬੰਦੇ ਦਾ ਰੂਟੀਨ ਕੀ ਹੁੰਦਾ? ਮੱਥਾ ਟੇਕ ਕੇ। ਰਾਮਾਇਣ ਜਿੱਥੇ ਪ੍ਰਕਾਸ਼ ਹੋਈਏ 2 ਮਿੰਟ ਬੈਠੇ, ਕਿਉਂਕਿ ਰਾਮਾਇਣ ਦਾ ਪ੍ਰਕਾਸ਼ ਹੀ ਤਾਂ ਹੋਇਆ ਵੀ ਸਾਰੇ ਰਿਸ਼ਤੇਦਾਰਾਂ ਦੇ ਦਿਮਾਗ ਦੇ ਵਿੱਚ ਵਧੀਆ ਵਧੀਆ ਗੱਲਾਂ ਜਾਣ, ਵਧੀਆ ਵਧੀਆ ਗਿਆਨ ਜਾਵੇ। ਹੁਣ ਰਾਮਾਇਣ ਦੇ ਕੋਲੇ ਸਭ ਤੋਂ ਪਹਿਲਾਂ ਤਾਂ ਪਰਿਵਾਰ ਦੇ ਵਿੱਚੋਂ ਜੇ 5 ਜਣੇ ਆਏ ਹੈ ਤੇ 5ਜਾਂ ਦੇ ਵਿੱਚੋਂ ਇੱਕੋ ਹੀ ਬਜ਼ੁਰਗ ਮੱਥਾ ਟੇਕੂ, ਬੋਲ ਸ਼ੰਕਰ ਭਗਵਾਨ ਕੀ। ਨੌਜਵਾਨ ਤਾਂ ਉੱਧਰ ਜਾਂਦੇ ਹੀ ਨਹੀਂ, ਉਹ ਤਾਂ ਸਟਾਲਾਂ ਕਿੰਨੀ ਹੁੰਦੇ ਆ, ਬੋਲ ਸ਼ੰਕਰ ਭਗਵਾਨ ਕੀ। ਇੱਕ ਬੰਦਾ ਮੱਥਾ ਟੇਕੂ, ਉਹਨੂੰ ਵੀ ਆਪਾਂ 10 ਦਾ ਨੋਟ ਫੜਾ ਦਿੰਦੇ ਹਾਂ ਵੀ ਮੱਥਾ ਟੇਕਣ ਜਾਂਦਾ, ਚੱਲ ਆ ਸਾਡੀ ਵੀ ਫਾਰਮੈਲਿਟੀ ਪੂਰੀ ਕਰੇ, ਅਸੀਂ ਨਹੀਂ ਜਾ ਸਕਦੇ ਫਾਰਮੈਲਿਟੀ। ਤੇਰਾ ਮੈਣ ਅੰਦਰ ਪ੍ਰਕਾਸ਼ ਹੈ, ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ, ਪਾਠੀ ਪਾਠ ਕਰੀ ਜਾਂਦਾ ਹੈ, ਔਰ ਆਪਾਂ ਮੱਥਾ ਟੇਕ ਕੇ ਨਾਲ ਦੀ ਨਾਲ ਬਾਹਰ, ਮੱਥਾ ਟੇਕ ਕੇ ਨਾਲ ਦੀ ਨਾਲ ਬਾਹਰ। ਕਹਿੰਦੇ ਜੀ ਪੰਡਿਤ ਜੀ ਬੋਰ ਹੋ ਜਾਂਦੇ ਆ, ਬੋਲ ਸ਼ੰਕਰ ਭਗਵਾਨ, ਬਹੁਤ ਦਿਲ ਨੂੰ ਦੁਖਦਾ। ਕਹਿੰਦੇ ਪੰਡਿਤ ਜੀ ਰਾਮਾਇਣ ਸੁਣਦੇ ਆ ਅਸੀਂ ਬੋਰ ਹੋ ਜਾਂਦੇ ਹਾਂ। ਤੇ ਬੰਦਿਆ ਬੋਰ ਹੋਏਗਾ, ਹਜੇ ਤਾਂ ਨਹੀਂ ਬੋਰ ਹੋਇਆ, ਪਰ ਅਗਲੇ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਤੇਰੀ ਔਲਾਦ ਨੇ ਤੇਰੇ ਬਾਲ ਪੱਟੇ ਤੂੰ ਉਦੋਂ ਬੋਰ ਹੋਏਗਾ। ਜਦੋਂ ਤੇਰੀ ਔਲਾਦ ਨੂੰ ਤੂੰ ਅੱਛੀ ਸਿੱਖਿਆ ਨਾ ਦੇ ਸਕਿਆ ਤੂੰ ਬੋਰ ਹੋਏਗਾ। ਜਦੋਂ ਤੇਰੀ ਔਲਾਦ ਨੇ ਤੇਰਾ ਮੰਜਾ ਬਾਹਰ ਕੱਢਤਾ ਉਦੋਂ ਤੂੰ ਬੰਦਿਆ ਬੋਰ ਹੋਏਗਾ। ਐਂ ਨਹੀਂ ਬੋਰ ਹੁੰਦਾ, ਹੁਣ ਬੋਰ ਹੋ ਜਾਂਦਾ ਤੂੰ ਕਥਾ ਸੁਣਦਾ ਤੇ ਬਾਅਦ ਦੇ ਵਿੱਚੋਂ ਤੂੰ ਹੋਰ ਜ਼ਿਆਦਾ ਬੋਰ ਹੋਏ, ਕਿਉਂ ਸੰਸਕਾਰ ਨਹੀਂ ਪੈਦਾ ਹੋ ਸਕਦੇ। ਕਦੇ ਯਕੀਨ ਕਰਿਓ ਸਵੇਰੇ 4 ਵਜੇ ਬਾਬਾ ਫਰੀਦ ਦੇ ਦੋਹੇ ਚੱਲਦੇ ਨੇ ਗ੍ਰੰਥ ਸਾਹਿਬ ਦੇ ਵਿੱਚੋਂ, ਜਦੋਂ ਬਾਣੀ ਪੜ੍ਹੀ ਜਾਂਦੀ ਬਾਬਾ ਫਰੀਦ ਦੇ ਦੋਹੇ, ਕਬੀਰ ਮਹਾਰਾਜ ਦੇ ਦੋਹੇ, ਜਦੋਂ ਪਾਠੀ ਪੜ੍ਹਦਾ ਤਾਂ ਜਿਹੜਾ ਬੰਦਾ ਉੱਥੇ ਦਿਲ ਨਾਲ ਸੁਣੇ ਮੈਂ ਲਿਖ ਕੇ ਦੇ ਸਕਦਾ ਤੇ ਜੇ ਉਹਦੀ ਰੂਹ ਨੂੰ ਸ਼ਾਂਤੀ ਨਾ ਮਿਲਦੀ ਹੋਵੇ ਤਾਂ। ਇੰਨੀ ਸੰਗਤ ਬੈਠੀ ਹੈ, ਰਾਮਾਇਣ ਦਾ ਜਦੋਂ ਪਾਠ ਹੁੰਦਾ ਰੂਹ ਨਾਲ ਸੁਣਿਓ ਤੇ ਦਿਲ ਦੇ ਵਿੱਚ ਠੰਡਕ ਪਵੇਗੀ ਪ੍ਰੇਮ ਦੀ। ਸਵਰਗੀ ਸ਼੍ਰੀ ਜੀਤਾ ਜੀ ਕੱਕੜ ਸਾਹਿਬ 82 ਵਰਸ਼ ਦੀ ਆਯੂ ਜੀ ਕੇ ਗਏ ਨੇ। 82 ਵਰਸ਼ ਵੀ ਮੈਂ ਥੋੜੇ ਮੰਨਦਾ, ਜਿਹੜੀ ਇਹੋ ਜਿਹੀ ਸ਼ਖਸੀਅਤਾਂ ਹੁੰਦੀਆਂ ਨੇ ਇਹਨਾਂ ਵਾਸਤੇ 82 ਸਾਲ ਵੀ ਬਹੁਤ ਥੋੜੇ ਨੇ। ਜ਼ਰੂਰਤ ਸੀ ਇਹਨਾਂ ਦੀ ਇਹੋ ਜਿਹੀ ਸ਼ਖਸੀਅਤਾਂ ਦੀ। ਕੁਛ ਲੋਕ ਅਜਿਹੇ ਹੁੰਦੇ ਨੇ ਜੋ ਪਲ ਪਲ ਚੇਤੇ ਆਉਂਦੇ ਨੇ, ਕੁਛ ਖੁਸ਼ੀ ਗਮੀ ਦੇ ਮੌਕੇ ਤੇ ਯਾਦਾਂ ਦਾ ਹਿੱਸਾ ਪਾਉਂਦੇ ਨੇ,
ਕੁਛ ਜਿਉਂਦੇ ਮੋਇਆਂ ਵਰਗੇ ਨੇ, ਕੁਛ ਮਰ ਕੇ ਵੀ ਜਿਉਣਾ ਚਾਹੁੰਦੇ ਨੇ, ਬਾਕੀ ਸਾਰੀ ਖੇਡ ਹੈ ਕਰਮਾਂ ਦੀ। ਕੁਛ ਲੋਕੀ ਬੂਟੇ ਲਾਉਂਦੇ ਨੇ, ਕੁਛ ਲੋਕੀ ਬੂਟੇ ਪੱਟਦੇ ਨੇ, ਪਰ ਬੂਟੇ ਲਾਉਣ ਵਾਲੇ ਸੂਝਵਾਨ ਮਾਲੀ, ਮਾਂ ਦਾ ਫਰਜ਼ ਵੀ ਇਹਨਾਂ ਨੇ 22 ਸਾਲਾਂ ਤੋਂ ਅਦਾ ਕੀਤਾ। ਕੁਲਦੀਪ ਨੂੰ, ਅਨਿਲ ਨੂੰ, ਸੁਸ਼ੀਲ ਨੂੰ ਕਦੇ ਫੀਲ ਨਹੀਂ ਹੋਣ ਦਿੱਤਾ, ਜੋ ਮਰਜ਼ੀ ਕੀਤਾ ਇਹਨਾਂ ਨੇ, ਯਤਨ ਕੀਤਾ, ਪ੍ਰਯਤਨ ਕੀਤਾ। ਦਾਨੀ ਕਰਨ ਦਾਨੀ, ਰਾਜਾ ਬਲੀ ਵਰਗੇ ਦਾਨੀ, ਤਿੰਨ ਨੂਹਾਂ ਨੇ, ਗੀਤਾ ਕੱਕੜ, ਮਮਤਾ ਕੱਕੜ, ਨੀਸ਼ਾ ਕੱਕੜ, ਦੋ ਭਾਈ, ਇੱਕ ਸਵਰਗਵਾਸ ਹੋ ਚੁੱਕਿਆ ਹੈ, ਸਵਰਗੀ ਸ਼੍ਰੀ ਮਹਿੰਦਰਪਾਲ ਔਰ ਆਦਰਣੀ ਸ਼੍ਰੀ ਓਮ ਪ੍ਰਕਾਸ਼ ਜੀ। ਇੱਕ ਬੇਟੀ ਹੈ, ਵੈਸੇ ਤਾਂ ਇੱਕ ਬੇਟੀ ਹੈ, ਪਰ ਮੈਂ ਕਹਿੰਦਾ ਚਾਰ ਬੇਟੀਆਂ ਨੇ ਇਹਨਾਂ ਦੀਆਂ। ਆ ਜਿਹੜੀਆਂ ਗੀਤਾ ਕੱਕੜ, ਮਮਤਾ ਕੱਕੜ, ਨੀਸ਼ਾ ਕੱਕੜ ਹੈ, ਇਹ ਨੂਹਾਂ ਵੀ ਇਹਨਾਂ ਦੀ ਬੇਟੀਆਂ ਨੇ, ਔਰ ਬੇਟੀ ਬਣ ਕੇ ਇਹਨਾਂ ਨੇ ਸੇਵਾ ਕੀਤੀ ਹੈ। ਅੰਸ਼ੂ ਰਾਣੀ ਇਹਨਾਂ ਦੀ ਬੇਟੀ ਹੈ, ਔਰ ਨਾਲ ਦਾਮਾਦ ਜੋ ਕਿ ਬੇਟੇ ਬਣ ਕੇ ਸੇਵਾ ਕੀਤੀ, ਸ਼ਾਮ ਲਾਲ ਜੀ ਫਿਰੋਜ਼ਪੁਰ ਤੋਂ। ਪੋਤਰੇ ਨੇ ਜਿਨ੍ਹਾਂ ਨੇ ਸਵਰਗ ਦੀ ਪੌੜੀ ਚੜ੍ਹਾਇਆ, ਸੁਨੀਲ, ਪ੍ਰਵੀਨ, ਨਵੀਨ, ਸਾਹਿਲ, ਰੀਤੂ ਔਰ ਅਸਮ। ਪੌਤਰ ਵਧੂ ਆਲਿਸ਼ਾ ਔਰ ਪੂਰਾ ਸਮਸਤ ਕੱਕੜ ਪਰਿਵਾਰ, ਬਿਰਾਦਰੀ, ਆਪ ਜੀ ਜੋ ਵੀ ਇੱਥੇ ਚੱਲ ਕੇ ਆਏ ਨੇ, ਆਪ ਜੀ ਦੇ ਚਰਨਾਂ ਦੇ ਵਿੱਚ ਕੋਟੀ ਕੋਟੀ ਨਿਵੇਦਨ ਆਪਾਂ ਸਾਰੇ ਕਰਦੇ ਹਾਂ। ਸਾਰੀ ਸੰਗਤ ਜਿੰਨੇ ਵੀ ਆਪਾਂ ਇੱਥੇ ਬੈਠੇ ਹਾਂ, ਮਿਲ ਕਰਕੇ ਪ੍ਰਭੂ ਦੇ ਚਰਨਾਂ ਦੇ ਵਿੱਚ ਆਰਤੀ ਕਰਾਂਗੇ। ਸਭੀ ਪਰਿਵਾਰ ਕੇ ਜੋ ਸਦੱਸਿਆ ਹੈ, ਕੱਕੜ ਪਰਿਵਾਰ ਕੇ ਸਦੱਸਿਆ, ਆਗੇ ਆ ਜਾਏ ਔਰ ਮਿਲ ਕਰਕੇ ਭਗਵਾਨ ਕੀ ਆਰਤੀ ਕਰੇਂਗੇ। ਔਰ ਬਾਕੀ ਜਿੰਨੀ ਵੀ ਸੰਗਤ ਹੈ, ਹੱਥ ਜੁੜ ਕੇ ਇਸੇ ਜਗ੍ਹਾ ਤੇ ਬੈਠੇ ਰਹੋ। ਉਸ ਤੋਂ ਬਾਅਦ ਕਈ ਸ਼ੋਕ ਪ੍ਰਸਤਾਵ ਵੀ ਆਏ ਨੇ, ਉਹ ਵੀ ਤੁਹਾਨੂੰ ਦੱਸਾਂਗੇ। ਤਾਂ ਸਭ ਤੋਂ ਪਹਿਲਾਂ ਆਰਤੀ, ਉਸ ਤੋਂ ਬਾਅਦ ਜੋ ਅੱਗੇ ਦੀ ਪ੍ਰਕਿਰਿਆ। ਕਮਾਪਤੀ ਮਹਾਦੇਵ ਕੀ, ਬੋਲ ਸਿਆਵਰ ਰਾਮ ਚੰਦਰ ਮਹਾਰਾਜ ਕੀ, ਵਿਸ਼ਨੁ ਭਗਵਾਨ ਕੀ, ਗੰਗਾ ਮਈਆ ਕੀ, ਗੁਰ ਮਹਾਰਾਜ ਕੀ। ਸਾਰੀ ਸੰਗਤ ਇੱਧਰ ਕਿੱਧਰ ਨੇ,
ਪਤਾ ਲੱਗਦਾ ਪਰ ਉੱਥੇ ਬੁੱਲਾ ਤੇ ਉੱਥੇ ਜਿਵੇਂ ਅੱਜ ਕੰਮ ਕੀਤਾ ਨਾ ਇਹ ਕੰਮ ਨਾ ਕਰੀ ਤੂੰ ਵਿਦਿਆ ਪ੍ਰਾਪਤੀ ਲਕਸ਼ਮੀ ਪ੍ਰਾਪਤੀ ਸੁਖ ਸ਼ਾਂਤੀ ਹੇਤੂ ਸਰਗਲੋਕਵਾਸ ਵੈਕੁੰਠ ਨਿਵਾਸ ਹਿਤ ਜੇ ਸਰਵ ਦੇਵਾਨਾਮ ਪੂਜਨਮ ਕਰਿਸ਼ਯਤੀ ਨਮਃ। ਥੋੜਾ ਜਿਹਾ ਦੇਵੀ ਗਾਇਤ੍ਰੀ ਜਗਤੁੰਡੇ ਨਮੋ ਦੇਵੀ ਪ੍ਰਚੰਡਾਏ ਸਰਵਾਸੋ ਨਮਸਤੁਤੇ। ਸਰਵਮੰਗਲ ਮੰਗਲੇ ਸ਼ਿਵੇ ਸਰਵਾਦਿ ਸਾਧਕੇ ਸ਼ਰਣੰ ਤ੍ਰੰਬਕੇ ਗੌਰੀ ਨਾਰਾਇਣੀ ਨਮਸਤੁਤੇ। ਜਯੰਤੀ ਚ ਭਦ੍ਰਕਾਲੀ ਕਪਾਲਨੀ ਦੁਰਗਾ ਸਮਾ ਸਵਾਧਾਤੋ ਸਰਵਗਿਆਨੋ ਪ੍ਰਤਿਸ਼ਠਾ ਬ੍ਰਹਮਾ ਮੁਰਾਰੀ ਕ੍ਰਪੰਦਗਾਰੀ ਸੁਪਨਾਹੰ ਭਵੰਤੁ। ਬੋਲੇ ਕ੍ਰਿਸ਼ਨ ਭਗਵਾਨ ਨੇ ਕੀ ਬੋਲੇ ਸਾਚੇ ਦਰਬਾਰ ਕੀ ਸਾਰੇ ਆਏ ਹੋਏ ਰਿਸ਼ਤੇਦਾਰਾਂ ਨੂੰ ਸੰਬੰਧੀਆਂ ਨੂੰ ਸੱਜਣਾਂ ਨੂੰ ਬੇਨਤੀ ਪ੍ਰਾਰਥਨਾ ਨਿਵੇਦਨ ਕੀਤਾ ਜਾਂਦਾ ਹੈ। ਪਰਮ ਆਦਰਣੀ ਹੈ ਸ਼੍ਰੀ ਜੀਤਰਾਜ ਜੀ ਕੱਕੜ ਸਾਹਿਬ ਉਹਨਾਂ ਦੇ ਨਿਮਿੱਤ ਅੰਤਿਮ ਅਰਦਾਸ
ਸ਼੍ਰੀ ਗਰੁੜ ਪੁਰਾਣ ਦਾ ਭੋਗ ਰਸਮ ਅਦਾ ਕੀਤੀ ਜਾ ਰਹੀ ਹੈ। ਜਿਨ੍ਹਾਂ ਸੱਜਣਾਂ ਨੇ ਜਲਪਾਨ ਗ੍ਰਹਿਣ ਕਰ ਲਿਆ ਹੋਵੇ ਤਾਂ ਪੰਡਾਲ ਦੇ ਵਿੱਚ ਬੈਠਣ ਦੀ ਕਿਰਪਾਲਤਾ ਕਰਨੀ ਹੈ, ਅਤੇ ਜਿਹੜੇ ਮਾਈ ਭਾਈ ਬੈਠੇ ਨੇ ਪੰਡਾਲ ਦੇ ਅੰਦਰ ਉਹਨਾਂ ਨੂੰ ਮੈਂ ਗੁਜ਼ਾਰਿਸ਼ ਕਰਾਂਗਾ ਕਿ ਭਾਈ ਪੌਣੇ ਇੱਕ ਵੱਜ ਗਏ ਨੇ, ਆਪਾਂ ਆਰਤੀ ਕਰ ਦਾਂਗੇ 2 ਵਜੇ, ਸਵਾ ਘੰਟਾ ਆਪਣੇ ਕੋਲ, ਆਓ ਸ਼ਰਧਾਂਜਲੀ ਦਈਏ। ਜੋ ਕਿ ਵਿਛੋੜਾ ਪਾ ਗਏ ਨੇ ਸਾਰੇ ਸੱਜਣਾਂ ਨੇ, ਜਿੰਨੇ ਵੀ ਆਪਾਂ ਇੱਥੇ ਬੈਠੇ, ਹੱਥ ਜੋੜੋ, ਨੇਤਰ ਬੰਦ ਕਰੋ ਔਰ ਪਰਮ ਪਿਤਾ ਪਰਮਾਤਮਾ ਦਾ ਧਿਆਨ। ਹਰੀ ਪੂਜਿਤਮ ਮਯਾ ਦੇਵ ਪਰਿਪੂਰਨਮ ਤਦਸਤੁ ਮੇ ਤਾਮੇਵ ਬੰਧੁ ਚ ਸਖਾ ਤਵੇ ਤਵਾਮੇਵ ਵਿਦਿਆਸਚ ਦ੍ਰਵਿਣਾਂ ਤਵਾਮੇਵ ਤਵਾਮੇਵ ਸਰਵੰ ਮਮ ਦੇਵ ਦੇਵ ਨਾ ਨਾ ਮੈਂ ਜਾਣਾ ਆਰਤੀ ਪੂਜਾ ਤੇ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਲਾਖੇ ਮੈਂ ਗਿਆਨ ਅੰਜਨ ਗੁਰ ਦੀਆ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇ ਹਰਿਨਾ ਕਸ਼ਪੋ ਤੇ ਧਾਏ ਵਾਹਿਗੁਰੂ ਸਾਤ ਸੰਗਤ ਸਭ ਰਲ ਮਿਲ ਬੋਲੋ ਮੇਰੇ ਮਨੋ ਨਾ ਵਿਸਰੇ ਵਾਹਿਗੁਰੂ ਹਰਿ ਓਮ ਹਰਿ ਓਮ ਹਰਿ ਓਮ ਆਪਣੇ ਮਾਤਾ ਪਿਤਾ ਕੀ ਮੇਰੀ ਬੇਨਤੀ ਹੈ ਭਾਈ
ਸੰਗਤ ਜਿਹੜੀ ਉਪਸਥਿਤ ਹੁੰਦੀ ਹੈ ਹਾਜ਼ਰੀ ਇਕੱਲੀ ਜਿੰਨੇ ਵੀ ਸੱਜਣ ਆ ਕੇ ਇੱਥੇ ਫੁੱਲ ਚੜਾ ਰਹੇ ਨੇ ਹਾਜ਼ਰੀ ਪ੍ਰੇਮੀਓ ਸਾਰਿਆਂ ਦੀ ਹੈ ਤਾਂ ਸਾਰੇ ਬੋਲੋ ਬੋਲੇ ਆਪਣੇ ਮਾਤਾ ਪਿਤਾ ਮਹਾਰਾਜ ਕੀ ਬੋਲੇ ਦੇਵੀ ਦੇਵਤਾਓ ਕੀ ਤੇ ਗੁਰੂ ਮਹਾਰਾਜ ਕੀ ਅੱਜ ਆਪਾਂ ਜਿਸ ਜਗ੍ਹਾ ਤੇ ਬੈਠੇ ਹਾਂ ਜੋ ਕਾਰਿਆ ਹੋ ਰਿਹਾ ਹੈ ਜੋ ਘੜੀ ਹੈ ਜੋ ਸਮਾਂ ਹੈ ਜਾਣੀ ਜਾਣੋ ਪ੍ਰੇਮੀਓ ਸਾਰੇ ਇੱਕ ਆਦਰਸ਼ ਪਿਤਾ ਆਦਰਸ਼ ਪਤੀ ਆਦਰਸ਼ ਦਾਦਾ ਜੀ ਇੱਕ ਨੇਕ ਦਿਲ ਇਨਸਾਨ ਇੱਕ ਦਾਨੀ ਇਨਸਾਨ ਪਰਮ ਆਦਰਨੀਯ ਸਵਰਗੀ ਸ਼੍ਰੀ ਜੀਤ ਰਾਜ ਜੀ ਕੱਕੜ ਸਾਹਿਬ ਜੋ ਕਿ 82 ਵਰਸ਼ ਦੀ ਆਯੂ ਨੂੰ ਸੰਪੂਰਨ ਕਰਕੇ ਕਿੰਨੀ 82 ਸਾਲ ਦੀ ਆਯੂ ਪ੍ਰੇਮੀਓ ਔਰ ਕਮਾਲ ਦੀ ਗੱਲ ਇਹ ਹੈ ਉਹਨਾਂ ਦੀ ਆਯੂ 82 ਸਾਲ ਸੀ ਪਰ ਮੈਨੂੰ ਪਰਿਵਾਰ ਕਹਿ ਰਹੇ ਪੰਡਿਤ ਜੀ ਆਯੂ ਦੇ ਨਾਲ ਜਿਹੜਾ ਬੰਦਾ ਹੈ ਵੱਡਾ ਨਹੀਂ ਹੁੰਦਾ ਬੰਦਾ ਉਮਰ ਦੇ ਨਾਲ ਵੱਡਾ ਨਹੀਂ ਹੁੰਦਾ ਬੰਦਾ ਆਪਦੇ ਕੰਮਾਂ ਦੇ ਨਾਲ ਵੱਡਾ ਹੁੰਦਾ 22 ਸਾਲ ਪਹਿਲਾਂ ਬੀਬੀ ਮੋਤੀਆ ਰਾਣੀ ਵਿਛੋੜਾ ਪਾ ਗਈ ਇਹਨਾਂ ਦੀ ਧਰਮ ਪਤਨੀ ਸਵਰਗ ਸਿਧਾਰ ਗਈ ਤੇ 22 ਸਾਲਾਂ ਤੋਂ ਸਾਡੇ ਬਾਊ ਜੀ ਨਲੇ ਤਾਂ ਮਾਂ ਦਾ ਫਰਜ਼ ਨਿਭਾ ਰਹੇ ਸੀ ਕਦੇ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਬੱਚਿਆਂ ਨੂੰ ਨਲੇ ਤਾਂ ਮਾਂ ਦਾ ਫਰਜ਼ ਨਿਭਾ ਰਹੇ ਸੀ ਤੇ ਨਾਲ ਹੀ ਨਾਲ ਪਿਤਾ ਦਾ ਫਰਜ਼ ਵੀ ਇਹਨਾਂ ਨੇ ਅਦਾ ਮੈਂ ਗੱਲ ਕਰ ਰਿਹਾ ਸੀ ਇੱਕ ਕੰਡਾ ਹੁੰਦਾ ਸੱਜਣੋ ਕੰਡਾ ਜਿਹੜਾ ਲੱਗਿਆ ਹੁੰਦਾ ਉਹਦੇ ਉੱਪਰ ਹੀ ਇੱਕ ਫੁੱਲ ਲੱਗਿਆ ਹੁੰਦਾ ਜਿਹੜਾ ਫੁੱਲ ਹੁੰਦਾ ਹੈ ਫੁੱਲ ਦੀ ਉਮਰ ਕੰਡੇ ਦੇ ਅਪੇਕਸ਼ਾ ਘੱਟ ਹੁੰਦੀ ਹੈ ਖੇੜਿਆ ਤੇ ਮੁਰਝਾ ਗਿਆ ਤੇ ਕੰਡੇ ਦੀ ਉਮਰ ਜ਼ਿਆਦਾ ਹੁੰਦੀ ਹੈ ਤੇ ਦੋਨਾਂ ਦੇ ਵਿੱਚੋਂ ਵਧੀਆ ਕੌਣ ਲੱਗਦਾ ਕੰਡਾ ਵਧੀਆ ਲੱਗਦਾ ਜਾਂ ਫੁੱਲ ਵਧੀਆ ਲੱਗਦਾ ਫੁੱਲ ਵਧੀਆ ਲੱਗਦਾ ਉਮਰ ਘੱਟ ਹੈ ਪਰ ਫਿਰ ਵੀ ਫੁੱਲ ਵਧੀਆ ਲੱਗਦਾ ਕਿਉਂਕਿ ਫੁੱਲ ਮਹਿਕਾ ਫੈਲਾਉਂਦਾ ਹੈ ਔਰ ਐਸੀ ਤਰ੍ਹਾਂ ਮਹਿਕਾ ਫੈਲਾਉਣ ਆਏ ਸਾਡੇ ਬਾਬੂ ਜੀ ਜਿਨ੍ਹਾਂ ਦੀ ਫੋਟੋ ਤੁਸੀਂ ਵੇਖ ਰਹੇ ਹੋ ਸਾਹਮਣੇ ਲੱਗੀ ਹੈ ਸੱਜਣਾ ਇਨਸਾਨ ਦੇ ਉੱਪਰ ਹੁੰਦਾ ਹੈ ਵੀ ਬੰਦਾ ਧਰਤੀ ਤੇ ਆ ਕੇ ਜਿਹੋ ਜਿਹੇ ਕੰਮ ਕਰਦਾ ਹੈ ਉਸ ਤੋਂ ਬਾਅਦ ਲੋਕ ਉਸਨੂੰ ਓਦਾਂ ਹੀ ਯਾਦ ਕਰਦੇ ਨੇ ਇੱਕ ਤੋਤਾ ਇੱਕ ਬ੍ਰਿਕਸ਼ ਤੇ ਬੈਠਾ ਸ਼ਮਸ਼ਾਨ ਦੇ ਅੰਦਰ ਜਦੋਂ ਵੀ ਕਿਸੇ ਦਾ ਸੰਸਕਾਰ ਹੋਇਆ ਕਰੇ ਤਾਂ ਤੋਤਾ ਬੋਲਿਆ ਕਰੇ ਵੀ ਇਹ ਬੰਦਾ ਚੰਗਾ ਸੀ ਜਦੋਂ ਦੂਜੇ ਦਾ ਹੋਇਆ ਉਹ ਕਹਿੰਦਾ ਇਹ ਬੰਦਾ ਮਾੜਾ ਸੀ ਕਿਸੇ ਸੰਤ ਨੇ ਪੁੱਛਿਆ ਵੀ ਤੋਤੇ ਤੈਨੂੰ ਕਿਵੇਂ ਪਤਾ ਲੱਗਦਾ ਬੰਦਾ ਚੰਗਾ ਜਾਂ ਬੰਦਾ ਮਾੜਾ ਉਹ ਤੋਤਾ ਕਹਿਣ ਲੱਗਿਆ ਕਹਿੰਦਾ ਮਹਾਰਾਜ ਜੀ ਜਿਹੜੇ ਬੰਦੇ ਦੇ ਨਿਮਿੱਤ ਸੱਜਣ ਆਉਂਦੇ ਨੇ ਨਾ ਸੁਣਨ ਵਾਲੇ ਪ੍ਰੇਮ ਨਾਲ ਬਹਿ ਕੇ ਸੁਣਦੇ ਨੇ ਕਥਾ 'ਚ ਧਿਆਨ ਲਾਉਂਦੇ ਨੇ ਉਹ ਤਾਂ ਬੰਦਾ ਹੋਇਆ ਚੰਗਾ ਤੇ ਜਿਹੜੇ ਆ ਕੇ ਭਾਈ ਵੋਟਾਂ ਦੀਆਂ ਗੱਲਾਂ ਕਰਕੇ ਤੁਰ ਜਾਂਦੇ ਨੇ ਬੋਲ ਸ਼ੰਕਰ ਭਗਵਾਨ ਨੇ ਕੀ ਇਹ ਆਪਣੀ ਫਿਤਰਤ ਹੈ ਪ੍ਰੇਮੀਓ ਜਿਹੋ ਜਿਹੇ ਹੋ ਗਏ ਹਾਂ ਆਪਾਂ ਅੱਜ ਰੱਬ ਨੂੰ ਮੰਨਦੇ ਹੈ ਤੇ ਰੱਬ ਦੀ ਨਹੀਂ ਮੰਨਦੇ ਵਾਹਿਗੁਰੂ ਨੂੰ ਮੰਨਦੇ ਹੈ ਪਰ ਵਾਹਿਗੁਰੂ ਦੀ ਨਹੀਂ
ਮੰਨਦੇ। ਸ਼ੰਕਰ ਭੋਲੇ ਨਾਥ ਨੂੰ ਮੰਨਦੇ ਹੈ ਪਰ ਉਹਨਾਂ ਦੀ ਨਹੀਂ ਮੰਨਦੇ। ਸ਼ੰਕਰ ਭਗਵਾਨ ਬਾਣੀ ਕਹਿੰਦੀ ਹੈ ਭਾਈ ਪ੍ਰਾਪਤ ਮਾਨੁਸ਼ ਕੇ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭੱਜ ਕੇਵਲ। ਤੇ ਦਿਲ ਤੇ ਹੱਥ ਰੱਖ ਕੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਜਿੰਨੀ ਵੀ ਸੰਗਤ ਇੱਥੇ ਬੈਠੀ ਹੈ ਸੋਚੋ ਜਰਾ ਵੀ ਭਾਈ ਆਪਾਂ ਅਵਰ ਕਾਜ ਬੰਦ ਕੀਤੇ ਹੈ ਨਹੀਂ ਕੀਤੇ, ਸਿਮਰਨ ਕਰਦੇ ਹੈ ਨਹੀਂ ਕਰਦੇ। ਹੁਣ ਮੈਨੂੰ ਲੋਕ ਕਹਿੰਦੇ ਬਾਬਾ ਜੀ ਸਿਮਰਨ ਕਰੀਏ ਕਿਵੇਂ, ਪੂਜਾ ਪਾਠ ਕਰੀਏ ਕਿਵੇਂ, ਨਾਮ ਜਪੀਏ ਕਿਵੇਂ। ਮੈਂ ਕਿਹਾ ਜੀ ਕੀ ਪ੍ਰੋਬਲਮ ਹੈ ਨਾਮ ਜਪਣ ਦੇ ਵਿੱਚ, 24 ਮਿੰਟ ਹੁੰਦੇ ਨੇ ਔਰ ਜੇ ਕੋਈ ਬੰਦਾ ਭਾਈ 24 ਮਿੰਟ ਸਿਮਰਨ ਕਰੇ ਤਾਂ ਬੇੜਾ ਪਾਰ ਹੋ ਸਕਦਾ। 24 ਮਿੰਟ ਕਿਤਾਬ ਤੇ ਲਿਖ ਲਿਓ, ਕਾਪੀ ਤੇ ਲਿਖ ਲਿਓ, ਦਿਮਾਗ ਦੇ ਵਿੱਚ ਫੀਡ ਕਰ ਲਿਓ। 24 ਮਿੰਟ ਜੇ ਤੁਸੀਂ ਬੈਠ ਕੇ ਮਾਲਾ ਫੇਰਦੇ ਹੋ ਦਿਲ ਦੇ ਵਿੱਚ, ਪਰ ਡੇ 24 ਮਿੰਟ ਜੇ ਤੁਸੀਂ ਮਾਲਾ ਫੇਰ ਸਕਦੇ ਹੋ ਤਾਂ ਇਹ ਮੰਨ ਕੇ ਚੱਲੋ ਤੁਸੀਂ ਭਗਵਾਨ ਦੇ ਬਹੁਤ ਜ਼ਿਆਦਾ ਨੇੜੇ ਹੋ। ਤਾਂ ਫਿਰ ਇੱਕ ਜਣਾ ਤੁਲਸੀਦਾਸ ਨੂੰ ਕਹਿਣ ਲੱਗਿਆ ਮਹਾਰਾਜ 24 ਜਿਹੜੇ, ਕਿਉਂਕਿ ਸੰਗਤ ਬਹਿ ਨਹੀਂ ਸਕਦੀ, ਅਸੀਂ ਪੰਡਿਤ ਜੀ ਨਾਲ ਇਹੀ ਡਿਸਕਸ਼ਨ ਕਰ ਰਹੇ ਸੀ। ਮੈਂ ਕਿਹਾ ਪੰਡਿਤ ਜੀ ਆਪਾਂ ਐਂ ਕਰਦੇ ਹਾਂ 12:30 ਸ਼ੁਰੂ ਕਰ ਲੈਂਦੇ ਹਾਂ। ਪੰਡਿਤ ਜੀ ਮੈਨੂੰ ਕਹਿੰਦੇ ਜੀ ਖੁਰਾਕ ਘੰਟਾ ਹੀ ਹੈ ਗੁਰਸ਼ੰਕਰ ਭਗਵਾਨ ਜੀ, ਔਰ ਕਹਿੰਦਾ ਘੰਟੇ ਦੀ ਖੁਰਾਕ ਵੀ ਹੈ ਗੁਰਸ਼ੰਕਰ ਭਗਵਾਨ ਜੀ, ਉੱਥੇ ਕੋਈ ਨੀ ਬੋਲਦਾ। ਔਰ ਵਿਡੰਬਣਾ ਤਾਂ ਮਾਤਾ ਜੀ ਇਹ ਹੁੰਦੀ ਹੈ ਵੀ ਬੰਦਾ ਵੀ ਟਿਕਟ ਲੱਗਦੀ ਹੈ ਉੱਥੇ ਔਰ ਬੰਦਾ ਬਹਿ ਜਾਂਦਾ ਤੇ 3 ਘੰਟੇ ਅੱਖ ਨੀ ਝਪਕਦਾ, ਪੂਰੀ ਫਿਲਮ ਵੇਖ ਕੇ ਆਉਂਦਾ ਬਾਹਰ। 350 ਰੁਪਇਆ ਲੱਗਦਾ ਹੈ ਔਰ ਕਹਿੰਦੇ ਪੰਡਿਤ ਜੀ ਫਿਲਮ ਦੇਖਣ ਦੇ ਨਾਲ ਦਿਮਾਗ ਰਿਲੈਕਸ ਹੋ ਜਾਂਦਾ, ਪਰ ਮੈਂ ਇਹ ਨਹੀਂ ਮੰਨਦਾ ਫਿਲਮ ਦੇਖਣ ਦੇ ਨਾਲ ਦਿਮਾਗ ਰਿਲੈਕਸ ਹੁੰਦਾ। ਇਹ ਜਿਹੜਾ ਤੁਹਾਡਾ ਮਨ ਹੈ ਇਹਦੇ ਡਿਟਰਜੈਂਟ ਪਾਊਡਰ ਜੇ ਤੁਸੀਂ ਲਗਾਓਗੇ ਨਾ, ਜੇ ਲਗਵਾਓਗੇ ਤਾਂ ਸਿਰਫ ਬੰਦੂਖਾਂ ਵਾਲੇ ਗੀਤ ਸੁਣ ਕੇ ਜਵਾਕ ਬੰਦੂਖਾਂ ਹੀ ਚੱਕਣਗੇ ਬੋਲ ਸ਼ੰਕਰ ਭਗਵਾਨ ਨੇ ਕੀ, ਚੱਕੂ ਤੇ ਜਾਂ ਕਾਰ ਚੱਕੂ ਬੋਲ ਸ਼ੰਕਰ ਭਗਵਾਨ ਨੇ ਕੀ। ਤੇ ਇੱਕ ਮਾਂ ਦੇ ਗਰਭ ਦੇ ਵਿੱਚ ਅਭਿਮੰਨਿਓ ਸੀ ਜਿਹੜਾ ਚੱਕਰ ਵੀ ਉਹਦਾ ਵੇਲ ਜਾਣ ਗਿਆ, ਲਵ ਕੁਛ ਸੀ ਰਾਮਾਇਣ ਸਿੰਘ ਕੀ, 4 ਸਾਹਿਬਜ਼ਾਦੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ। ਤੇ ਆਪਣੇ ਵੇਖੋ ਸਾਹਿਬ ਬਦਲ ਗਏ ਸੱਜਣੋ, ਚੀਜ਼ਾਂ ਬਦਲ ਗਈਆਂ ਨੇ, ਲੋਕ ਬਦਲ ਗਏ ਨੇ, ਜ਼ਮਾਨਾ ਬਦਲ ਗਿਆ। ਤੇ ਜ਼ਮਾਨਾ ਐਸੇ 10 ਵੀ ਨਹੀਂ ਹੁੰਦੇ ਬੋਲ ਸ਼ੰਕਰ ਭਗਵਾਨ, ਮਾਮਿਆਂ ਨੂੰ ਵੀ ਸੱਦ ਕੇ ਲਿਆਉਣਾ ਪੈਂਦਾ ਵੀ ਆਓ ਭਾਈ ਕੁੜੀ ਨੂੰ ਲੈ ਕੇ ਆਓ। ਜਦੋਂ ਆਪਾਂ ਆਨੰਦ ਕਾਰਜ ਕਰਦੇ ਹਾਂ ਤਾਂ ਕਹਿੰਦੇ ਖਾਸ ਖਾਸ ਆ ਜਾਓ ਭਾਈ, ਖਾਸ ਖਾਸ ਜਿਹਨਾਂ ਦਾ ਹੱਕ ਬਣਦਾ ਜਿਹਨਾਂ ਮੇਰਾ ਸਰਦਾ ਨੀ ਉਹ ਆ ਜਾਓ। ਮੰਨ ਲਓ ਵਿਆਹ ਦੇ ਵਿੱਚ 2000 ਬੰਦਾ ਤੇ 2000 ਦਾ 2000 ਬੰਦਾ ਗੁਰੂ ਘਰ ਜਾਵੇ, ਗੁਰੂ ਦੀ ਗੋਲਕ ਦੇ ਵਿੱਚ ਕੋਈ ਨਾ ਕੋਈ ਦਾਨ ਪੁੰਨ ਕਰੇ ਤੇ ਜਾਂ ਗੁਰੂ ਦਾ ਆਸ਼ੀਰਵਾਦ ਲੈ ਵਿੱਚ ਜਾ ਕੇ ਫਿਰ ਜਿਹੜਾ ਆਪਾਂ ਕਾਰਿਆ ਕਰਦੇ ਹਾਂ, ਜਦੋਂ ਮਦੀਰਾ ਦੀਆਂ ਬੋਤਲਾਂ ਖੁੱਲ ਜਾਂਦੀਆਂ ਨੇ ਤੇ ਫਿਰ ਸੋਚ ਲਓ ਉਸ ਵੇਲੇ ਜੇ ਰਾਮ ਭਗਵਾਨ ਤੁਹਾਡੇ ਕੋਲੇ ਖੜੇ ਹੋਣ ਬੋਲ ਸ਼ੰਕਰ ਭਗਵਾਨ ਨੇ ਕੀ। ਜਦੋਂ ਨਾਚ ਕਰਦੇ ਹੈ ਉਸ ਵੇਲੇ ਹਨੂੰਮਾਨ ਜੀ ਤੁਹਾਡੇ ਪਿੱਛੇ ਖੜੇ ਹੋਣ, ਕਿਉਂਕਿ ਹਨੂੰਮਾਨ ਜੀ ਤੇ ਨਾ ਇਹ ਗੱਲ ਕਹਿਣੀ ਹੈ ਵੀ ਭਾਈ ਸਵੇਰੇ ਮੈਨੂੰ ਸੱਦ ਕੇ ਲਿਆਇਆ ਸੀ ਮੇਰੇ ਨਾਲ ਵਿਆਹ ਚੱਲੋ। ਤੇ ਵਿਆਹ ਦੇ ਵਿੱਚ ਜਾ ਕੇ ਫਿਰ ਕੀ ਕਰ ਰਹੇ ਹੋ ਰਹੇ ਨੇ ਪ੍ਰੇਮੀ ਪਾਉਣ, ਅੱਛੀ ਤਰ੍ਹਾਂ ਬਸ ਵਿਚਾਰੋ ਜਰਾ ਫਰੋਲੋ ਵੀ ਆਪਾਂ ਕਿੱਥੇ ਕੁ ਤੁਰੇ ਫਿਰਦੇ ਹਾਂ ਪ੍ਰੇਮੀਓ, ਕਿੱਥੇ ਕੁ ਜਗ੍ਹਾ ਆਪਾਂ ਡਿਜ਼ਰਵ ਕਰਦੇ ਹਾਂ। ਪੀਸੇ ਔਰ ਚੱਟੇ ਕੁੱਤਾ, ਕਿਉਂਕਿ ਅੰਨੀ ਪੀਸੀ ਜਾ ਰਹੀ ਤਾਂ ਹੈ ਨੀ, ਅੰਨੀ ਪੀਸੇ ਔਰ ਚੱਟੇ ਕੁੱਤਾ ਰਹਿੰਦੇ ਖੁੰਦੇ ਨੂੰ ਬਿੱਲੀ ਨਿਪਟਾਈ ਜਾਵੇ, ਲਾਠੀ ਜਿਸਦੀ ਮੱਝ ਅੱਜ ਉਸਦੀ ਹੈ, ਹੱਕ ਕਿਸੇ ਦਾ ਕੋਈ ਦਵਾਈ ਜਾਵੇ, ਗੰਦ ਖਾ ਖਾ ਕੇ ਕੂੜਾ ਖਾ ਖਾ ਕੇ ਗਊਆਂ ਦੇ ਪੇਟ ਪਲਦੇ ਔਰ ਬੰਦਾ ਕੁੱਤਿਆਂ ਨੂੰ ਬਿਸਕੁਟ ਬੈਂਕਾਂ ਤੇ ਚੜੇ ਜੁੜਦੇ ਆਪਣੇ ਕੂਕਰਾਂ ਚ ਮੂੰਹ ਮਾਰਦੇ ਜੁੜਦੇ ਆ, ਭਾਂਡਿਆਂ ਚ ਮੂੰਹ ਮਾਰਦੇ ਜੁੜਦੇ,
ਤੇ ਜਿਨ੍ਹਾਂ ਨੂੰ ਘਰ ਦੇ ਅੰਦਰ ਹੋਣਾ ਚਾਹੀਦਾ ਸੀ ਗਊਆਂ ਨੂੰ ਬੋਲ ਸ਼ੰਕਰ ਭਗਵਾਨ ਨੇ ਗਲੀਆਂ ਦੇ ਵਿੱਚ ਇੱਕ ਡੱਬੀ ਚ ਗਊ ਦਾ ਦੁੱਧ ਪਾਓ ਕੀ ਰੰਗ ਹੁੰਦਾ ਭਾਈ ਗਊ ਦੇ ਦੁੱਧ ਦਾ ਪੀਲਾ ਰੰਗ ਹੁੰਦਾ ਕਿਉਂ ਹੁੰਦਾ ਗਊ ਦਾ ਦੁੱਧ ਪੀਲਾ ਕਿਉਂਕਿ ਗਊ ਨੂੰ ਆਪਾਂ ਮਾਂ ਕਹਿੰਦੇ ਗਊ ਦਾ ਦੁੱਧ ਪੀਲਾ ਕਿਉਂਕਿ ਉਹਦੇ ਚ ਸਿਆਉਣਾ ਹੈ ਦੈਟਸ ਵਾਈ ਗਊ ਦਾ ਦੁੱਧ ਦਾ ਸਿਮਰਨ ਕਰੇ ਬੇੜਾ ਪਾਰ ਹੋ ਸਕਦਾ ਹੈ ਤੇ ਹੁਣ ਕੋਈ ਤੁਲਸੀਦਾਸ ਜੀ ਨੂੰ ਕਹਿਣ ਲੱਗਿਆ ਮਹਾਰਾਜ 24 ਮਿੰਟ ਵੀ ਜ਼ਿਆਦਾ ਕਹਿਤੇ 24 ਮਿੰਟ ਵੀ ਬੰਦਾ ਸਿਮਰਨ ਨਹੀਂ ਕਰ ਸਕਦਾ ਕਹਿੰਦੇ ਆਧੀ ਘੜੀ ਅੱਧਾ 24 ਦਾ ਤੇ ਕਿੰਨਾ ਹੋ ਗਿਆ 12 ਹੁਣ ਜੇ ਕੋਈ ਬੰਦਾ 12 ਮਿੰਟ ਸਿਮਰਨ ਕਰ ਲੇ ਲਿਖ ਲਓ ਡਿਲੇਟ ਕਰ ਦੋ 24 ਮਿੰਟ 12 ਮਿੰਟ ਭਰ ਲਓ ਉਹਦੇ ਵਿੱਚ ਵੀ 12 ਮਿੰਟ ਜੇ ਤੂੰ ਬੰਦੇ ਆ ਬਹਿਨਾ ਦਿਨ ਦੇ ਵਿੱਚ 12 ਮਿੰਟ ਤੂੰ ਰੱਬ ਨੂੰ ਦਿਨਾ ਤਾਂ ਤੇਰਾ ਬੇੜਾ ਪਾਰ ਹੋ ਸਕਦਾ ਹੈ ਹੁਣ ਬੰਦਾ 12 ਮਿੰਟ ਦੇਊ ਕਿਵੇਂ ਸ਼ੈਡਿਊਲ ਕੀ ਹੈ ਬੰਦੇ ਦਾ ਅਸੀਂ ਮੰਦਰ ਦੇ ਵਿੱਚ ਪੁਜਾਰੀ ਹੈ ਪੰਡਿਤ ਜੀ ਵੀ ਪੁਜਾਰੀ ਨੇ ਮੈਂ ਵੀ ਪੁਜਾਰੀ ਹਾਂ ਔਰ ਤੁਸੀਂ ਵੀ ਮੇਰੇ ਖਿਆਲ ਦੇ ਵਿੱਚ ਰੁਟੀਨ ਦੇ ਵਿੱਚ ਨਾ ਸਹੀ ਤਾਂ ਹਫ਼ਤੇ ਦੇ ਵਿੱਚ ਜਾਂ ਮਹੀਨੇ ਦੇ ਵਿੱਚ ਇੱਕ ਅੱਧੀ ਵਾਰ ਤਾਂ ਮੰਦਰ ਜਾਂਦੇ ਹੀ ਹੋਵੋਗੇ ਗੁਰੂ ਘਰ ਵੀ ਜਾਂਦੇ ਹਾਂ ਆਪਾਂ ਉੱਥੇ ਵੱਡੇ ਵੱਡੇ ਅਕਸ਼ਰਾਂ ਦੇ ਵਿੱਚ ਅਸੀਂ ਲਿਖ ਕੇ ਲਾਉਣੇ ਆ ਵੀ ਕਿਰਪਿਆ ਮੋਬਾਈਲ ਸਵਿੱਚ ਆਫ ਰੱਖੀ ਕੀ ਕਾਰਨ ਹੈ ਮੋਬਾਈਲ ਸਵਿੱਚ ਆਫ ਕਰਨ ਦਾ ਭਾਈ ਸਾਨੂੰ ਤੁਹਾਡੇ ਕੰਮ ਨਾਲ ਕੋਈ ਈਰਸ਼ਾ ਨਹੀਂ ਹੈ ਤੁਸੀਂ ਬਿਜ਼ਨਸ ਕਰੋ ਵਪਾਰ ਕਰੋ ਇਹਦੇ ਬਿਨਾਂ ਚੱਲਦੀ ਨਹੀਂ ਗੱਡੀ ਪਰ ਪ੍ਰੇਮਿਓ ਜਿਹੜੀ ਉਹ ਜਗ੍ਹਾ ਹੈ ਉਹ ਸਥਾਨ ਹੈ ਉਹ ਸਥਾਨ ਇਹਨਾਂ ਗੱਲਾਂ ਵਾਸਤੇ ਨਹੀਂ ਬਣਿਆ ਉੱਥੇ ਆਹ ਵਾਲਾ ਮੋਬਾਈਲ ਸਵਿੱਚ ਆਫ ਹੋਣਾ ਚਾਹੀਦਾ ਤੇ ਆਹ ਵਾਲਾ ਮੋਬਾਈਲ ਖੁੱਲ੍ਹਾ ਹੋਣਾ ਪਰ ਆਪਾਂ ਉਲਟ ਕਰਦੇ ਹਾਂ ਆਹ ਵਾਲਾ ਸਵਿੱਚ ਆਫ ਕਰਕੇ ਜਾਂਦੇ ਹਾਂ ਉੱਧਰਲਾ ਆਨ ਕਰਕੇ ਜਾਂਦੇ ਹਾਂ ਮੰਦਰ ਦੇ ਵਿੱਚ ਜਾ ਕੇ ਸੰਗਤਾਂ ਨੇ ਕਰਨਾ ਕੀ ਹੈ ਕਰਦੇ ਕੀ ਹੈ ਹੁੰਦਾ ਕੀ ਹੈ ਪੰਡਿਤ ਜੀ ਕਥਾ ਕਰਦੇ ਨੇ ਬੀਬੀਆਂ ਪਿੱਛੇ ਬੈਠੀਆਂ ਸੂਟਾਂ ਦੇ ਰੇਟ ਪੁੱਛਦੀਆਂ ਬੋਲ ਸ਼ੰਕਰ ਭਗਵਾਨ ਨੇ ਕੀ ਜਾਂ ਤਕਰੀਬਨ ਭਗਵਾਨ ਤੋਂ ਡਿਮਾਂਡਾਂ ਮੰਗਦੀਆਂ ਨੇ ਵੀ ਭਾਈ ਰੱਬ ਮੈਨੂੰ ਆਹ ਦੇ ਦੇ ਰੱਬ ਮੈਨੂੰ ਉਹ ਦੇ ਦੇ ਰੱਬ ਮੈਨੂੰ ਆਹ ਦੇ ਰੱਬ ਮੈਨੂੰ ਇਹ ਦੇਵੇ ਉਹ ਦੇਵੇ ਜੋ ਵੀ ਦੇਵੇ ਬਸ ਮੈਨੂੰ ਹੀ ਦੇਵੇ ਇਨਸਾਨ ਦੇ ਮਨ ਦੇ ਵਿੱਚ ਮੰਗਣ ਦੀ ਜਿਹੜੀ ਖੁਆਹਿਸ਼ ਹੈ ਨਾ ਉਹ ਕਦੇ ਮੁੱਕਦੀ ਨਹੀਂ ਔਰ ਮੰਦਰ ਦੇ ਵਿੱਚ ਜਾ ਕੇ ਜਦੋਂ ਬੰਦਾ ਡਿਮਾਂਡਾਂ ਕਰਦਾ ਤਾਂ ਹਾਸੀ ਆਉਂਦੀ ਹੈ ਨਹਿਰੂ ਜੀ ਉਹਨਾਂ ਦੇ ਨਾਲ ਮੁੱਖ ਮੰਤਰੀ ਪ੍ਰਤਾਪ ਸਿੰਘ ਜੀ ਕੈਰੋਂ ਸਾਹਿਬ ਕਿਸੇ ਜੇਲ੍ਹ ਦੀ ਇੰਸਪੈਕਸ਼ਨ ਕਰਨ ਲਈ ਚਲੇ ਗਏ ਇੰਸਪੈਕਸ਼ਨ ਮਤਲਬ ਰਾਊਂਡ ਤੇ ਚਲੇ ਗਏ ਬੇਸਿਕਲੀ ਰਾਊਂਡ ਤੇ ਚਲੇ ਗਏ ਔਰ ਜਦੋਂ ਉਹ ਰਾਊਂਡ ਤੇ ਗਏ ਤੇ ਰਾਊਂਡ ਤੇ ਜਾਂਦੇ ਹੀ ਉਹ ਨਹਿਰੂ ਜੀ ਨੇ ਕਿਹਾ ਵੀ ਅੱਜ ਮੈਂ ਕੈਦੀਆਂ ਦੇ ਨਾਲ ਮੁਲਾਕਾਤ ਕਰਨੀ ਹੈ ਤੇ ਜੇਲਰ ਨੂੰ ਬੁਲਾ ਲਿਆ ਤੇ ਜੇਲਰ ਨੂੰ ਕਹਿੰਦੇ ਭਾਈ ਕੈਦੀਆਂ ਨਾਲ ਮੁਲਾਕਾਤ ਕਰਵਾ ਪਹਿਲੀ ਬੈਰਕ ਦੇ ਅੰਦਰ ਗਏ ਨਹਿਰੂ ਜੀ ਤੇ ਕੈਦੀਆਂ ਨੂੰ ਕਹਿਣ ਲੱਗੇ ਨਹਿਰੂ ਜੀ ਔਰ ਪ੍ਰਧਾਨ ਮੰਤਰੀ ਸੀ ਉਸ ਟਾਈਮ ਕਹਿੰਦੇ ਹਾਂ ਭਾਈ ਤੁਹਾਨੂੰ ਕੋਈ ਤਕਲੀਫ ਹੈ ਕੋਈ ਦਿੱਕਤ ਹੈ ਤਾਂ ਤੁਸੀਂ ਮੈਨੂੰ ਦੱਸੋ ਤੇ ਕੈਦੀ ਕਹਿਣ ਲੱਗੇ ਪੰਡਿਤ ਜੀ ਸਾਨੂੰ ਦਿੱਕਤ ਇਹ ਹੈ ਵੀ ਜਿਹੜੇ ਗੱਦਿਆਂ ਤੇ ਅਸੀਂ ਸੌਂਦੇ ਹਾਂ ਉਹਨਾਂ ਤੇ ਖਟਮਲ ਹੈ ਤੇ ਉਹ ਸਾਡੇ ਲੜਦੇ ਨੇ ਨੀਂਦ ਨਹੀਂ ਆਉਂਦੀ ਰਾਤ ਨੂੰ ਤੁਸੀਂ ਗੱਦੇ ਚੇਂਜ ਕਰਵਾ ਦਿਓ ਨਹਿਰੂ ਜੀ ਹੱਸੇ ਤੇ ਜੇਲਰ ਨੂੰ ਕਹਿੰਦੇ ਭਾਈ ਗੱਦੇ ਇਹਨਾਂ ਨੂੰ ਮੈਟ੍ਰਿਕਸ ਵਧੀਆ ਲਵਾ ਦਿਓ ਅਗਲੀ ਬੈਰਕ ਦੇ ਅੰਦਰ ਗਏ ਦੂਜੀ ਬੈਰਕ ਵਾਲੇ ਕਹਿੰਦੇ ਨਹਿਰੂ ਜੀ ਤਕਲੀਫ ਇਹ ਹੈ ਵੀ ਜਿਹੜੀ ਰੋਟੀ ਮਿਲਦੀ ਹੈ ਉਹ ਬਿਨਾਂ ਚੋਪੜੀ ਹੋਈ ਮਿਲਦੀ ਹੈ ਇਹ ਤੇ ਘੀ ਨਹੀਂ ਲੱਗਦਾ ਇਹਨਾਂ ਨੂੰ ਕਹੋ ਜਰਾ ਘੀ ਲਾ ਕੇ ਦਿਆ ਕਰਨ ਨਹਿਰੂ ਜੀ ਹੱਸੇ ਫਿਰ ਨੋਟ ਕਰ ਲਿਆ ਅੱਗੇ ਚਲੇ ਗਏ ਤੀਜੀ ਬੈਰਕ ਦੇ ਵਿੱਚ ਗਏ ਤਾਂ ਉੱਥੇ ਵੇਖਿਆ ਉਹ ਕਹਿੰਦੇ ਨਹਿਰੂ ਜੀ ਜਿਹੜੇ ਅਸੀਂ ਸਾਨੂੰ ਸਾਬਣ ਦੀਆਂ ਟਿੱਕੀਆਂ ਮਿਲਦੀਆਂ ਬਹੁਤ ਘੱਟ ਮਿਲਦੀਆਂ ਜਿਹੜਾ ਇਹਨਾਂ ਨੂੰ ਕਿਹਾ ਸਾਬਣ ਦੀਆਂ ਟਿੱਕੀਆਂ ਸਾਨੂੰ ਵੱਧ ਦਿਆ ਕਰਨ ਕਹਿੰਦੇ ਜੀ ਠੀਕ ਹੈ ਕਰਦੇ ਕਰੋ ਕੀ ਕਹਿ ਰਹੋ ਜਿਹੜੇ ਮੁੱਖ ਮੰਤਰੀ ਸੀ ਉਹ ਕਹਿਣ ਲੱਗੇ ਵੀ ਪੰਡਿਤ ਜੀ ਤੁਸੀਂ ਹੱਸੀ ਕਿਉਂ ਜਾਂਦੇ ਹੋ ਕੀ ਕਾਰਨ ਹੈ ਤੁਹਾਡੇ ਹੱਸਣ ਦਾ ਔਰ ਗੱਲ ਜਰਾ ਗੌਰ ਨਾਲ ਸੁਣੋ
ਆਪਣਾ ਵੀ ਸਾਰਿਆਂ ਦਾ ਉਹੀ ਹਾਲ। ਨਹਿਰੂ ਜੀ ਕਹਿਣ ਲੱਗੇ ਵੀ ਵੇਖ ਲਾ ਵੀ ਮੇਰੇ ਕੋਲੇ ਪਾਵਰ ਹੈ, ਮੈਂ ਕਿਸੇ ਵੀ ਕੈਦੀ ਦੀ ਸਜ਼ਾ ਮਾਫ਼ ਕਰ ਸਕਦਾ, ਪਰ ਵਿਡੰਬਣਾ ਇਹ ਹੈ ਮੈਨੂੰ ਇੱਕ ਵੀ ਕੈਦੀ ਨੇ ਇਹ ਗੱਲ ਨਹੀਂ ਕਹੀ ਵੀ ਬਸ ਜੀ ਗੁਨਾਹ ਬਹੁਤ ਹੋ ਗਏ ਮੈਨੂੰ ਮਾਫ਼ ਵੀ ਕਰ ਦਿਓ, ਪਰ ਸੱਚੇ ਦਰਬਾਰ ਕੀ ਤੇ ਗੁੱਸਾ ਨਾ ਕਰਿਓ, ਆਪਾਂ ਵੀ ਜਾ ਕੇ ਮੰਦਰ ਦੇ ਵਿੱਚ ਗੱਦੇ ਹੀ ਮੰਗੀ ਜਾਂਦੇ, ਆਪਾਂ ਵੀ ਸ਼ੰਕਰ ਭਗਵਾਨ ਤੋਂ ਸਾਬਣ ਦੀਆਂ ਟਿੱਕੀਆਂ ਹੀ ਮੰਗੀ ਜਾਂਦੇ। ਮੇਰੀ ਬੇਬੇ ਦਾ ਸਿਰ ਦੁਖਦਾ ਹੈ, ਮੈਂ ਪੇਪਰਾਂ 'ਚ ਫੇਲ ਹੋ ਗਿਆ, ਬਾਬਾ ਪਾਸ ਕਰਵਾ ਦਿਓ। ਬੁੱਧੀ ਆਪਣੀ ਭ੍ਰਸ਼ਟ, ਚਾਰ ਸਿੱਕੇ ਮੰਦਰਾਂ 'ਚ ਦਾਨ ਦੇ ਕੇ ਸੋਚਣ ਜੋ, ਚਾਰ ਸਿੱਕੇ ਮੰਦਰਾਂ 'ਚ ਦਾਨ ਦੇ ਕੇ ਸੋਚਣ ਜੋ, ਧੁਲ ਗਏ ਨੇ ਪਾਪ ਸਾਰੇ, ਮੁੱਕ ਗਏ ਨੇ ਪਾਪ ਦੇ ਨਾਲ ਨਹੀਂ ਹੋ ਮੁੱਕਦੇ ਪਾਪ ਹੋ ਮੁਰਸ਼ਦ। ਸੋਚਦਾ ਵੀ ਮੈਂ ਵੱਡਾ ਤੇ ਰੱਬ ਕਹਿੰਦਾ ਵੀ ਬੰਦੇ ਆ ਤੇਰੇ ਤੋਂ ਵੱਡੀ ਮੱਤ ਮਾਰੀ ਗਈ, ਉੱਥੇ ਆਓ ਤੇ 12 ਮਿੰਟ ਜੇ ਸੱਚੇ ਮਨ ਦੇ ਨਾਲ ਜਾ ਕੇ ਮੰਦਰ ਦੇ ਵਿੱਚ ਗੁਰੂ ਘਰ ਦੇ ਵਿੱਚ ਵੱਡਿਆਂ ਦੇ ਕੋਲੇ ਬਹਿ ਕੇ ਜੇ ਤੁਸੀਂ ਸਿਰਾ ਦਾ ਨੇ 12 ਮਿੰਟ ਵੀ ਸ਼ਾਰਟ ਕਰਵਾਓ, ਇਹਦੀ ਵੀ ਜ਼ਿਆਦਾ ਨੇ ਬੁਨਿਆਦ। ਹੁਣ 12 ਦਾ ਤੇ ਕਰ ਲਓ ਕਿੰਨਾ ਰਹਿ ਗਿਆ 6। ਹੁਣ ਜੇ ਕੋਈ ਬੰਦਾ 6 ਮਿੰਟ ਚੌਂਕੜੀ ਲਾਵੇ, 6 ਮਿੰਟ ਧਿਆਨ ਲਾਵੇ, 6 ਮਿੰਟ ਸਿਮਰਨ ਕਰੇ, ਤਾਂ ਲਿਖਾ ਕੇ ਲੈ ਲਓ। ਰੱਬ ਵਿੱਚ ਵੀ ਜਾਂਦੇ ਹੋ ਤੁਸੀਂ, ਭਾਗਵਤ ਦੇ ਵਿੱਚ ਵੀ ਜਾਂਦੇ ਹੋ, ਕੀਰਤਨਾਂ ਦੇ ਵਿੱਚ ਵੀ ਜਾਂਦੇ ਹੋ, ਰਾਮਾਇਣ ਦੇ ਵਿੱਚ ਵੀ ਜਾਂਦੇ ਹੋ, ਔਰ ਆਪਣੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਵੀ ਜਾਂਦੇ, ਪਰ ਮੈਨੂੰ ਇੱਕ ਵੀ ਜਗਰਾਤਾ ਐਸਾ ਨਹੀਂ ਦੇਖਣ ਨੂੰ ਮਿਲਿਆ ਵੀ ਜਿੱਥੇ ਜਗਰਾਤਾ ਹੋਈ ਜਾਂਦਾ ਹੋਵੇ ਔਰ ਮਾਤਾ ਸ਼ੇਰਾਂ ਵਾਲੀ ਉੱਥੇ ਆਈ ਹੋਵੇ। ਮੈਨੂੰ ਇੱਕ ਵੀ ਭਾਗਵਤ ਦੇ ਵਿੱਚ ਏਦਾਂ ਦੇਖਣ ਨੂੰ ਨਹੀਂ ਮਿਲਿਆ ਪੰਡਿਤ ਜੀ ਸਾਖੀ ਨੇ ਵੀ ਜਿੱਥੇ ਕ੍ਰਿਸ਼ਨ ਭਗਵਾਨ ਆਏ ਹੋਣ। ਮੈਨੂੰ ਕਿਸੇ ਵੀ ਕੀਰਤਨ ਦੇ ਵਿੱਚ ਰਾਮ ਭਗਵਾਨ ਆਉਂਦੇ ਹੋਏ ਨਹੀਂ ਵੇਖੇ। ਕਿਉਂ ਨਹੀਂ ਵੇਖੇ? ਕਾਰਨ ਹੈ, ਹੁਣ ਇੱਕ ਪਾਸੇ ਰਾਮਾਇਣ ਹੁੰਦੀ ਹੈ ਤੇ ਰਾਮਾਇਣ ਜਦੋਂ ਘਰੇ ਪ੍ਰਕਾਸ਼ ਹੁੰਦੀ ਹੈ, ਰਿਸ਼ਤੇਦਾਰ ਆਉਂਦੇ ਹੈ, ਪਹਿਲਾਂ ਤਾਂ ਆਉਣ ਸਾਰ ਬੰਦਾ ਮੱਥਾ ਟੇਕ ਕੇ, ਗੱਲ ਜਰਾ ਸੋਚਣ ਵਾਲੀ ਹੈ, ਜਰਾ ਗੌਰ ਕਰਿਓ, ਆਉਣ ਸਾਰ ਬੰਦੇ ਦਾ ਰੂਟੀਨ ਕੀ ਹੁੰਦਾ? ਮੱਥਾ ਟੇਕੇ। ਰਾਮਾਇਣ ਜਿੱਥੇ ਪ੍ਰਕਾਸ਼ ਹੋਈ ਹੈ 2 ਮਿੰਟ ਬੈਠੇ, ਕਿਉਂਕਿ ਰਾਮਾਇਣ ਦਾ ਪ੍ਰਕਾਸ਼ ਹੀ ਤਾਂ ਹੋਇਆ ਵੀ ਸਾਰੇ ਰਿਸ਼ਤੇਦਾਰਾਂ ਦੇ ਦਿਮਾਗ ਦੇ ਵਿੱਚ ਵਧੀਆ ਵਧੀਆ ਗੱਲਾਂ ਜਾਣ, ਵਧੀਆ ਵਧੀਆ ਗਿਆਨ ਜਾਵੇ। ਹੁਣ ਰਾਮਾਇਣ ਦੇ ਕੋਲੇ ਸਭ ਤੋਂ ਪਹਿਲਾਂ ਤਾਂ ਪਰਿਵਾਰ ਦੇ ਵਿੱਚੋਂ ਜੇ 5 ਜਾਣੇ ਆਏ ਹੈ ਤੇ 5 ਦੇ ਵਿੱਚੋਂ ਇੱਕੋ ਹੀ ਬਜ਼ੁਰਗ ਮੱਥਾ ਟੇਕੂ, ਬੋਲ ਸ਼ੰਕਰ ਭਗਵਾਨ ਨੇ ਕੀ। ਨੌਜਵਾਨ ਤਾਂ ਉੱਧਰ ਜਾਂਦੇ ਹੀ ਨਹੀਂ, ਉਹ ਤਾਂ ਸਟਾਲਾਂ ਕਿੰਨੀ ਹੁੰਦੇ ਆ, ਬੋਲ ਸ਼ੰਕਰ ਭਗਵਾਨ ਨੇ ਕੀ। ਇੱਕ ਬੰਦਾ ਮੱਥਾ ਟੇਕੂ, ਉਹਨੂੰ ਵੀ ਆਪਾਂ 10 ਦਾ ਨੋਟ ਫੜਾ ਦਿੰਦੇ ਹਾਂ ਵੀ ਮੱਥਾ ਟੇਕਣ ਜਾਂਦਾ, ਚੱਲ ਆ ਸਾਡੀ ਵੀ ਫਾਰਮੈਲਿਟੀ ਪੂਰੀ ਕਰੇ, ਅਸੀਂ ਨਹੀਂ ਜਾ ਸਕਦੇ ਫਾਰਮੈਲਿਟੀ। ਤੇ ਰਾਮਾਇਣ ਅੰਦਰ ਪ੍ਰਕਾਸ਼ ਹੈ, ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ, ਪਾਠੀ ਪਾਠ ਕਰੀ ਜਾਂਦਾ, ਔਰ ਆਪਾਂ ਮੱਥਾ ਟੇਕ ਕੇ ਨਾਲ ਦੀ ਨਾਲ ਬਾਹਰ, ਮੱਥਾ ਟੇਕ ਕੇ ਨਾਲ ਦੀ ਨਾਲ ਬਾਹਰ। ਕਹਿੰਦੇ ਜੀ ਪੰਡਿਤ ਜੀ ਬੋਰ ਹੋ ਜਾਂਦੇ ਹਾਂ, ਬੋਲ ਸ਼ੰਕਰ ਭਗਵਾਨ, ਬਹੁਤ ਦਿਲ ਨੂੰ ਦੁਖਦਾ। ਕਹਿੰਦੇ ਪੰਡਿਤ ਜੀ ਰਾਮਾਇਣ ਸੁਣਦੇ ਹਾਂ ਅਸੀਂ ਬੋਰ ਹੋ ਜਾਂਦੇ ਹਾਂ, ਤੇ ਬੰਦਿਆ ਬੋਰ ਹੋਏਗਾ, ਹਜੇ ਤਾਂ ਨਹੀਂ ਬੋਰ ਹੋਇਆ, ਪਰ ਅਗਲੇ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਤੇਰੀ ਔਲਾਦ ਨੇ ਤੇਰੇ ਬਾਲ ਪੱਟੇ, ਤੂੰ ਉਦੋਂ ਬੋਰ ਹੋਏਗਾ। ਜਦੋਂ ਤੇਰੀ ਔਲਾਦ ਨੂੰ ਤੂੰ ਅੱਛੀ ਸਿੱਖਿਆ ਨਾ ਦੇ ਸਕਿਆ, ਤੂੰ ਬੋਰ ਹੋਏਗਾ। ਜਦੋਂ ਤੇਰੀ ਔਲਾਦ ਨੇ ਤੇਰਾ ਮੰਜਾ ਬਾਹਰ ਕੱਢਤਾ, ਉਦੋਂ ਤੂੰ ਬੰਦਿਆ ਬੋਰ ਹੋਏਗਾ। ਐਂ ਨਹੀਂ ਬੋਰ ਹੁੰਦਾ, ਹੁਣ ਬੋਰ ਹੋ ਜਾਂਦਾ ਤੂੰ ਕਥਾ ਸੁਣਦਾ ਤੇ ਬਾਅਦ ਦੇ ਵਿੱਚੋਂ ਤੂੰ ਹੋਰ ਜ਼ਿਆਦਾ ਬੋਰ ਹੋਏ, ਕਿਉਂ? ਸੰਸਕਾਰ ਨਹੀਂ ਪੈਦਾ ਹੋ ਸਕਦੇ। ਕਦੇ ਯਕੀਨ ਕਰਿਓ, ਸਵੇਰੇ 4 ਵਜੇ ਬਾਬਾ ਫਰੀਦ ਦੇ ਦੋਹੇ ਚੱਲਦੇ ਨੇ,
ਗ੍ਰੰਥ ਸਾਹਿਬ ਦੇ ਵਿੱਚੋਂ ਜਦੋਂ ਬਾਣੀ ਪੜ੍ਹੀ ਜਾਂਦੀ ਹੈ, ਬਾਬਾ ਫਰੀਦ ਦੇ ਦੋਹੇ, ਕਬੀਰ ਮਹਾਰਾਜ ਦੇ ਦੋਹੇ, ਜਦੋਂ ਪਾਠੀ ਪੜ੍ਹਦਾ ਹੈ ਤਾਂ ਜਿਹੜਾ ਬੰਦਾ ਉੱਥੇ ਦਿਲ ਨਾਲ ਸੁਣੇ, ਮੈਂ ਲਿਖ ਕੇ ਦੇ ਸਕਦਾ ਤੇ ਜੇ ਉਹਦੀ ਰੂਹ ਨੂੰ ਸ਼ਾਂਤੀ ਨਾ ਮਿਲਦੀ ਹੋਵੇ ਤਾਂ। ਇੰਨੀ ਸੰਗਤ ਬੈਠੀ ਹੈ। ਰਾਮਾਇਣ ਦਾ ਜਦੋਂ ਪਾਠ ਹੁੰਦਾ ਹੈ, ਰੂਹ ਨਾਲ ਸੁਣਿਓ ਤੇ ਦਿਲ ਦੇ ਵਿੱਚ ਠੰਡਕ ਪਵੇਗੀ ਪ੍ਰੇਮੀ। ਹੁਣ ਰੂਹ ਨੀ ਤੇ ਦਿਲ ਨੀ ਤੇ ਠੰਡਕ ਵੀ ਨੀ ਪੈ ਸਕਦੀ। ਬੋਲ ਸ਼ੰਕਰ ਭਗਵਾਨ ਨੇ ਕੀ ਫੋਰਮੈਲਟੀਆਂ ਜਿਹੜੀਆਂ ਆਪਾਂ ਕਰਨ ਲੱਗ ਗਏ। ਬੜਾ ਦੁੱਖ ਲੱਗਦਾ ਹੈ ਜਦੋਂ ਆਪਾਂ ਪੁੱਛਦੇ ਹਾਂ, ਕਹਿੰਦੇ ਜੀ ਰਾਮਾਇਣ ਕਰਾਉਣੀ ਹੈ। ਅਸੀਂ ਪਾਠੀ ਪਾਠ ਕਰ ਰਿਹਾ ਸੀ ਤੇ ਕਿਸੇ ਨੇ ਹਜ਼ਾਰ ਦਾ ਧਰਿਆ ਤੇ ਸਾਰੀ ਲੈ ਗਿਆ। ਬੋਲ ਸ਼ੰਕਰ ਭਗਵਾਨ ਨੇ ਕੀ ਮੈਂ ਸੋਚਿਆ, ਮੈਂ ਕਿਹਾ ਚਲੋ ਲਾਈਨ ਦੇ ਵਿੱਚ ਲੱਗਣ ਦਾ ਸਾਨੂੰ ਤਾਂ ਛੁਟਕਾਰਾ ਮਿਲਿਆ, ਸਾਡੇ ਕੋਲ ਤਾਂ ਟੁੱਟੇ ਹੈਗੇ ਨੇ, ਪਰ ਸਾਨੂੰ ਕੀ ਪਤਾ ਸੀ ਸਾਨੂੰ ਵੀ ਕੋਈ ਵਜੇ ਚੁੱਪ ਕਰ ਗਿਆ। ਬੋਲ ਸ਼ੰਕਰ ਭਗਵਾਨ ਕੀ ਮੈਂ ਕਿਹਾ ਭਾਈ ਕੋਈ ਗੱਲ ਨੀ, ਸਾਨੂੰ ਚੱਲਣ ਦੇ ਸਾਡੀ ਚਲਾ ਲਾਂਗੇ ਤੇ ਸਾਨੂੰ 4 ਲੱਖ ਦੇ ਦੇ। ਕਹਿੰਦਾ ਬਾਬਾ ਜੀ ਦੇਊਂਗਾ 4 ਤੇ ਲਊਂਗਾ। ਇੱਕ ਬੱਕਰੀ ਜਦੋਂ ਸ਼ੇਰ ਦੇ ਸਾਹਮਣੇ ਲੰਘੀ ਨਾ ਤਾਂ ਸ਼ੇਰ ਕੀ ਹੋਇਆ, ਬੁੱਢਾ ਹੋ ਗਿਆ, ਮੁੱਜ ਦੰਦ ਨਾ ਰਹੇ, ਸਰੀਰ ਕੰਮ ਕਰਨਾ ਛੱਡ ਗਿਆ ਸ਼ੇਰ ਦਾ, ਬੁੱਢਾ ਹੋ ਗਿਆ, ਗੋਡੇ ਗਾਡੇ ਕੰਮ ਕਰਨੋਂ ਬੰਦ ਕਰਕੇ ਦੰਦ ਨੀ ਕੰਮ ਕਰਦੇ, ਤੇ ਹੁਣ ਸ਼ੇਰ ਸ਼ਿਕਾਰ ਕਰਨ ਦੀ ਹਿੰਮਤ ਨੀ ਤੇ ਬੱਕਰੀ ਮੂੰਹ ਦੀ ਟੱਪ ਗਈ ਤੇ ਬੱਕਰੀ ਜਾਂਦੀ ਜਾਂਦੀ ਮੁੜ ਕੇ ਵੇਖੀ, ਕਹਿੰਦੀ ਸ਼ੇਰ ਦੀ ਕੀ ਗੱਲ, ਹਮਲਾ ਨੀ ਕੀਤਾ, ਤੇ ਸ਼ੇਰ ਕਹਿੰਦਾ ਨਾ ਭਾਈ ਟੱਪ ਜਾ ਟੱਪ ਜਾ, ਮੈਂ ਸਾਧ ਬਣ ਗਿਆ। ਉਹ ਸੱਚੇ ਦਰਬਾਰ ਤੇ ਹੁਣ ਆਪਾਂ ਸਾਰੇ ਸਾਧ ਬਣ ਗਏ। ਪਰ ਫਾਇਦਾ ਉਦੋਂ ਹੈ, ਤਾਂ ਹੀ ਤਾਂ ਕਿਸੇ ਨੇ ਲਿਖਿਆ ਆਜ ਦੁਨੀਆ ਬੜੀ ਸਿਆਣੀ ਹੈ ਜਿਸੇ ਪੁੱਛੋ ਉਹ ਬ੍ਰਹਮ ਗਿਆਨੀ। ਮੈਨੇ ਕਿਹਾ ਇੱਕ ਸ਼ਰਾਬੀ ਸੀ, ਦੁਨੀਆ ਇੰਨੀ ਸਿਆਣੀ ਹੋ ਗਈ ਵੀ ਚੋਰਾਂ ਨੂੰ ਮੋਰ 1 ਮਿੰਟ ਦੇ ਵਿੱਚ ਪੈ ਜਾਂਦੇ ਨੇ। ਸਕੂਲ ਦੇ ਵਿੱਚ ਇੱਕ ਕਾਰਿਆਕ੍ਰਮ ਸੀ ਤੇ ਕਾਰਿਆਕ੍ਰਮ ਦੇ ਵਿੱਚ ਮਾਸਟਰ ਪ੍ਰਿੰਸੀਪਲ ਨੇ ਕਿਸੇ ਫੋਟੋਗ੍ਰਾਫਰ ਨੂੰ ਬੁਲਾ ਲਿਆ, ਜਿਵੇਂ ਬੁਲਾਇਆ ਤੇ ਫੋਟੋਗ੍ਰਾਫਰ ਨੂੰ ਕਹਿੰਦਾ ਭਾਈ ਸਕੂਲ ਦੇ ਵਿੱਚ ਕੱਲ ਨੂੰ ਪ੍ਰੋਗਰਾਮ ਹੈ ਤੇ ਪ੍ਰੋਗਰਾਮ ਦੇ ਵਿੱਚ ਬੱਚਿਆਂ ਦੀ ਫੋਟੋ ਖਿੱਚਣੀ ਹੈ, ਕੁਛ ਘਟਾ ਲਾ। ਫੋਟੋਗ੍ਰਾਫਰ ਕਹਿੰਦਾ ਜੀ ਕੀ ਘਟਾਵਾਂ, ਪੜਤਾ ਨਹੀਂ ਪੈਂਦਾ, ਅੱਜ ਕੱਲ ਟਾਈਮ ਖਰਾਬ ਹੈ, ਸਾਰੀ ਚੀਜ਼ਾਂ ਦੇ ਰੇਟ ਵੱਧ ਗਏ ਨੇ, ਮੈਂ ਘਟਾ ਨਹੀਂ ਸਕਦਾ। ਪ੍ਰਿੰਸੀਪਲ ਨੇ ਜ਼ੋਰ ਲਾਇਆ, ਕਹਿੰਦਾ ਚਲੋ ਠੀਕ ਹੈ, ਜੇ ਤੁਸੀਂ ਕਹਿੰਦੇ ਹੋ ਤਾਂ 20 ਰੁਪਏ ਦੀ ਜਗ੍ਹਾ ਤੇ ਅੱਧਾ ਕਰ ਦੋ, 10 ਰੁਪਏ ਮੈਨੂੰ ਇੱਕ ਬੱਚੇ ਤੋਂ। ਪ੍ਰਿੰਸੀਪਲ ਕਹਿੰਦੇ ਹੁਣ ਠੀਕ ਹੈ, ਲਓ ਜੀ ਡੀਲ ਪੱਕੀ ਹੋ ਗਈ, ਕੰਟਰੈਕਟ ਪੱਕਾ ਹੋ ਗਿਆ, ਸਾਈਨ ਕਰਕੇ ਚੈੱਕ ਅਮਾਊਂਟ ਹੋਣਗੇ, ਜਿੰਨੇ ਵੀ ਬੱਚੇ ਸੀ ਚੈੱਕ ਹੋਣਗੇ। ਪ੍ਰਿੰਸੀਪਲ ਨੇ ਅਗਲੇ ਘੰਟੇ ਬਾਅਦ ਜਿੰਨੇ ਵੀ ਕਲਾਸ ਟੀਚਰ ਸੀ, ਕਲਾਸ ਇੰਚਾਰਜ ਸੀ, ਆਲ ਓਵਰ ਸਾਰਿਆਂ ਨੂੰ ਮੀਟਿੰਗ ਦੇ ਵਿੱਚ ਬੁਲਾਇਆ, ਕਹਿੰਦਾ ਭਾਈ ਆਓ ਸਾਰਿਆਂ ਦੀ ਮੀਟਿੰਗ ਹੈ, ਪੂਰੇ ਕਲਾਸ ਇੰਚਾਰਜਾਂ ਨੂੰ। ਕਲਾਸ ਇੰਚਾਰਜਾਂ ਨੂੰ ਪ੍ਰਿੰਸੀਪਲ ਕਹਿੰਦਾ ਭਾਈ ਕੱਲ ਸਕੂਲ ਦੇ ਵਿੱਚ ਫੋਟੋਆਂ ਖਿੱਚਾਂਗੇ ਤੇ ਸਾਰੇ ਬੱਚਿਆਂ ਤੋਂ ਰੁਪਈਏ ਮੰਗਵਾਉਣੇ ਨੇ। ਕਲਾਸ ਇੰਚਾਰਜਾਂ ਨੇ ਪਹਿਲਾਂ ਕੁਐਸਚਨ ਪੁੱਟ ਕੀਤਾ, ਕਹਿੰਦੇ ਜੀ ਕਿੰਨੇ ਕਿੰਨੇ ਰੁਪਈਏ ਮੰਗਵਾਈਏ ਬੱਚਿਆਂ ਨੂੰ, ਕਿੰਨੇ ਕਿੰਨੇ ਦੀ ਡੀਲ ਫਾਈਨਲ ਹੋਈ ਤੁਹਾਨੂੰ ਤਾਂ ਪਤਾ ਹੀ ਹੈ, 10-10 ਰੁਪਈਆਂ ਦੇ ਵਿੱਚ। ਤੇ ਪ੍ਰਿੰਸੀਪਲ ਕਹਿੰਦਾ 20 ਮੰਗਾ ਲਓ। ਬੋਲ ਸ਼ੰਕਰ ਭਗਵਾਨ ਨੇ ਕੀ। ਕਲਾਸ ਇੰਚਾਰਜ ਕਲਾਸਾਂ ਦੇ ਵਿੱਚ ਗਏ ਔਰ ਬੱਚਿਆਂ ਨੂੰ ਕਹਿਣ ਲੱਗੇ ਬੱਚਿਓ ਕੱਲ ਨੂੰ ਸਕੂਲ ਦੇ ਵਿੱਚ ਫੰਕਸ਼ਨ ਹੈ ਤੇ ਤੁਹਾਡੀਆਂ ਫੋਟੋਆਂ ਖਿੱਚਾਂਗੇ ਤੇ ਸਾਰਿਆਂ ਨੇ ਘਰੋਂ ਰੁਪਈਏ ਲੈ ਕੇ ਆਉਣੇ ਨੇ, ਤੇ ਬੱਚਿਆਂ ਨੇ ਪੁੱਛਿਆ ਜੀ ਕਿੰਨੇ ਕਿੰਨੇ ਰੁਪਈਏ ਨੇ। ਤੁਹਾਨੂੰ ਤਾਂ ਵੈਸੇ ਦੱਸਣ ਦੀ ਲੋੜ ਨਹੀਂ ਨਾ ਬੱਚੇ ਕਿੰਨੇ ਹੁਸ਼ਿਆਰ ਨੇ, ਇੰਟੈਲੀਜੈਂਟ ਨੇ। ਇੱਕ ਸਿਆਣਾ ਬਿਆਣਾ ਬੰਦਾ ਜਿਹਨੂੰ ਮੋਬਾਈਲ ਚਲਾਉਣਾ ਨਹੀਂ ਆਉਂਦਾ ਹੈ ਜੀ, ਸਿਆਣਾ ਬਿਆਣਾ ਬੰਦਾ 50+ 8 ਸਾਲ ਦੇ ਮੁੰਡੇ ਨੂੰ ਕਹਿੰਦਾ ਬੇਟਾ ਮੇਰਾ ਮੋਬਾਈਲ ਦੇਖ। ਬੋਲ ਸ਼ੰਕਰ ਭਗਵਾਨ, ਇਹਦੇ ਰਿੰਗ ਟਾਊਨ ਜੀ ਸੈੱਟ ਕਰਦੇ, ਬੜਾ ਬੋਲ।
ਹੈਰਾਨੀ ਦੀ ਗੱਲ, ਉਹ ਸਿਖਾਵੇ ਪਰ ਕਿੱਥੇ ਬੱਚੇ ਉਹਨੂੰ ਸਿਖਾ ਰਹੇ ਨੇ। ਬੜੇ ਦਫਾ ਪੱਟੀ ਕਹਿਣ ਲੱਗੇ, ਮਾਤਾ ਜੀ ਨੂੰ ਕਹਿਣ ਲੱਗੇ, ਕਹਿੰਦੇ ਮਾਤਾ ਜੀ ਸਕੂਲ ਦੇ ਵਿੱਚ ਕਾਰਿਆਕ੍ਰਮ ਮੈਂ ਮਾਸਟਰਾਂ ਨੇ ਫੋਟੋਆਂ ਖਿੱਚਣ ਵਾਸਤੇ ਰੁਪਈਏ ਮੰਗਾਏ ਨੇ ਤਾਂ ਪੈਸੇ ਚਾਹੀਦੇ ਨੇ। ਤੇ ਮਾਂ ਕਹਿੰਦੀ ਬੇਟਾ ਕਿੰਨੇ ਕਿੰਨੇ ਰੁਪਈਏ ਦੇਣਾ ਤੁਹਾਨੂੰ, ਸਕੂਲ ਦੇ ਵਿੱਚ ਫੋਟੋਆਂ ਖਿੱਚਣੀ ਹੈ, ਕਿੰਨੇ ਕਿੰਨੇ ਰੁਪਈਏ ਦਈਏ? ਕਿੰਨੇ ਕਿੰਨੇ? 50,000। ਧਾਰਾਲੀ ਨੂੰ ਸੁਣਿਆ ਗੁੱਸਾ ਚੜ੍ਹ ਗਿਆ, ਕਿਉਂਕਿ ਜਿਹੜੀ ਘਰ ਵਾਲੀਆਂ ਹੁੰਦੀਆਂ ਨੇ ਅਰਥ ਡਿਪਾਰਟਮੈਂਟ ਇਹਨਾਂ ਕੋਲ ਹੁੰਦਾ, ਵਿੱਤ ਮੰਤਰਾਲੇ ਤੁਹਾਡੇ ਕੋਲ ਹੀ ਹੁੰਦਾ। ਕਿਉਂ ਹੁੰਦਾ ਵਿੱਤ ਮੰਤਰਾਲੇ? ਇਹਦਾ ਵੀ ਕਾਰਨ ਹੈ, ਜਿਹੜੀ ਇਸਤਰੀ ਹੁੰਦੀ ਹੈ ਚਾਰੀ ਕੋਲੇ ਨੇ, ਧਰਮ ਇਸਤਰੀ ਕੋਲੇ ਹੈ। ਕਾਰਨ ਕੀ ਹੈ? ਧਰਮ ਇਸਤਰੀ ਕੋਲੇ ਹੋਣ ਦਾ, ਜਿੰਨੇ ਵੀ ਜਕਾਰੇ ਦਾ ਉਹ ਹਮੇਸ਼ਾ ਇਸਤਰੀ ਪਹਿਲਾਂ ਆਉਂਦੀ ਹੈ। ਸੀਤਾ ਰਾਮ ਰਾਧੇ, ਕਦੇ ਰਾਮ ਸੀਤਾ ਜੁੜਦਾ ਨਹੀਂ, ਸੀਤਾ ਰਾਮ ਰਾਧੇ ਸ਼ਾਮ। ਔਰ ਆਪਾਂ ਵੀ ਜਦੋਂ ਕੋਈ ਕਾਰਡ ਵਿੱਚ ਪਾਉਣੇ ਤਾਂ ਪਹਿਲਾਂ ਇਸਤਰੀ ਦਾ ਨਾਮ, ਉਸ ਤੋਂ ਬਾਅਦ ਜੈਂਟਸ ਦਾ ਨਾਮ, ਕਿਉਂਕਿ ਲੇਡੀਜ ਫਸਟ ਹੈ। ਚਾਰ ਕਾਰਨ ਹੈ ਔਰ ਤਿੰਨ ਇਹਨਾਂ ਨੂੰ, ਤਿੰਨਾਂ ਦੇ ਵਿੱਚ ਮੈਂ ਅਰਥ ਡਿਪਾਰਟਮੈਂਟ ਦੀ ਗੱਲ ਕੀਤੀ ਹੈ ਤਾਂ ਨਾਲ ਦੋ ਡਿਪਾਰਟਮੈਂਟ ਹੋਰ ਸੌਂਪਿਆ ਇਹਨਾਂ ਨੂੰ। ਪਹਿਲਾ ਧਰਮ ਦਾ, ਇਸਤਰੀ ਜਿੰਨਾ ਧਰਮ ਕਰ ਸਕਦੀ ਹੈ ਬੰਦਾ ਉਹਨਾਂ ਧਰਮ ਨਹੀਂ ਕਰ ਸਕਦਾ। ਤੁਸੀਂ ਮੰਦਰ ਵਗ ਜਾਓ, ਭੈਣਾਂ ਦੀ ਸੰਖਿਆ ਭਰਾਵਾਂ ਨਾਲੋਂ ਜ਼ਿਆਦਾ। ਗੁਰੂ ਘਰ ਵਗ ਜਾਓ, ਭੈਣਾਂ ਦੀ ਸੰਖਿਆ ਭਰਾਵਾਂ ਨਾਲੋਂ ਜ਼ਿਆਦਾ। ਡੇਰੇ ਵਿਆਸ ਵਗ ਜਾਓ, ਭੈਣਾਂ ਦੀ ਸੰਖਿਆ ਭਰਾਵਾਂ ਨਾਲੋਂ ਜ਼ਿਆਦਾ। ਧਰਮ ਦੇ ਵਿੱਚ ਅੱਗੇ ਨੇ ਕਾਮ, ਮਤਲਬ ਕਿ ਜੋ ਵੀ ਕਿਸੇ ਨਾਲ ਵਪਾਰ ਕਰਨਾ ਹੈ, ਕਿਸੇ ਰਿਸ਼ਤੇਦਾਰ ਦਾ ਮਾਨ ਸਨਮਾਨ ਕਰਨਾ ਹੈ, ਇਸਤਰੀ ਉਹਦੇ ਵਿੱਚ ਵੀ ਅੱਗੇ। ਤੇ ਫਾਈਨਲੀ ਜਿਹਦੇ ਬਾਰੇ ਮੈਂ ਟੌਪਿਕ ਤੇ ਗੱਲ ਕਰ ਰਿਹਾ ਸੀ, ਪੈਸਾ। ਬੰਦਾ ਪੈਸਾ ਉਡਾ ਸਕਦਾ ਹੈ ਪਰ ਜਿਹੜੀ ਇਸਤਰੀ ਹੈ ਉਹ ਪੈਸੇ ਬਚਾ ਸਕਦੀ। ਤੁਸੀਂ 1,00,000 ਫੜਾ ਦਿਓ ਮੁੰਡੇ ਨੂੰ ਵੀ ਲੈ ਬੇਟਾ 10 ਵਜੇ 1,00,000, 1,00,000 10 ਵਜੇ ਪਕੜਾ ਦਿਓ ਵੀ ਲੈ ਬੇਟਾ 1,00,000 10 ਵਜੇ ਨੇ, 12 ਵਜੇ ਤੱਕ ਤੂੰ ਇਹਨੂੰ ਖਰਚ ਕਰਨਾ ਹੀ ਕਰਨਾ ਹੈ। ਮੁੰਡੇ ਨੂੰ ਇਹ ਗੱਲ ਕੰਡੀਸ਼ਨ ਕਰ ਦਿਓ ਵੀ 1 ਘੰਟੇ ਦੇ ਅੰਦਰ, 2 ਘੰਟਿਆਂ ਦੇ ਅੰਦਰ ਅੰਦਰ 1,00,000 ਖਰਚ ਕਰਨਾ ਹੈ। 10 ਕਹਿੰਦੀ 100 ਰੁਪਈਆ, ਬਿਲਕੁਲ ਹਕੀਕਤ ਹੈ। ਕਰਮ ਯੋਗੀ ਨਾਮ ਦਾ ਇੱਕ ਰਾਈਟਰ ਆ, ਉਹਦੀ ਲਿਖੀ ਹੋਈ, ਕਹਿੰਦੇ 100 ਰੁਪਈਆ ਮੰਗਾ ਲਿਆ ਤੇ ਘਰ ਵਾਲੇ ਨੇ ਮੱਥੇ ਤੇ ਹੱਥ ਮਾਰਿਆ, ਕਹਿੰਦਾ ਭਾਈ ਫੋਟੋਆਂ ਖਿੱਚਣ ਵਾਸਤੇ ਮੰਗਾਇਆ? ਉਹ ਕਹਿੰਦੀ ਹਾਂ। ਕਹਿੰਦਾ 100 ਨੀ, ਸ਼ਾਇਦ 150 ਮੰਗਾਇਆ ਹੋਊਗਾ, ਦੇਖ ਲਾ। ਕਹਿੰਦੀ ਨਹੀਂ 100 ਹੀ ਮੰਗਾਇਆ, ਜ਼ਿਆਦਾ ਨੀ ਮੰਗਾਇਆ, 100 ਹੀ ਮੰਗਾਇਆ। ਕਹਿੰਦਾ ਕਮਲੀ ਇਹ ਝੂਠ ਬੋਲੀ ਜਾਂਦੀ ਹੈ ਮੈਨੂੰ। ਕਹਿੰਦੀ ਨਹੀਂ ਮੈਂ ਸੱਚ ਬੋਲਦੀ ਹਾਂ। ਕਹਿੰਦੀ ਕਹਿੰਦਾ ਝੂਠ ਬੋਲਦੀ ਹੈ ਇਸਤਰੀ? ਕਹਿੰਦੀ ਮੈਂ ਸੱਚ ਬੋਲਦੀ ਹਾਂ। ਫਿਰ ਜਦੋਂ ਇਸਤਰੀ ਕਹਿੰਦੇ ਮੈਂ ਸੱਚ ਬੋਲਦੀ ਹਾਂ, ਫਿਰ ਤੁਸੀਂ ਸੱਚ ਹੋਵੇ ਨਾ ਹੋਵੇ ਮੰਨ ਲਿਆ ਕਰੋ, ਬੋਲ ਸ਼ਕਰ ਹੋਵੇ, ਕਿਉਂਕਿ ਪੈਰ ਤੇ ਪਾਣੀ ਨਹੀਂ ਪੈਣ ਦੇ। ਕਹਿੰਦਾ ਨਾ ਤੂੰ ਝੂਠ ਬੋਲਦੀ ਹੈ। ਉਹ ਕਹਿੰਦੀ ਜੀ ਮੈਂ ਝੂਠ ਨਹੀਂ ਬੋਲਦੀ। ਤੇ ਬੰਦਾ ਕਹਿੰਦਾ ਭਾਈ ਤੂੰ ਝੂਠ ਬੋਲਦੀ ਹੈ। ਕਹਿੰਦੀ ਜੀ ਤੁਹਾਨੂੰ ਕਿਵੇਂ ਪਤਾ? ਉਹ ਵੀ ਮੰਨ ਗਈ, ਕਹਿੰਦੀ ਤੁਹਾਨੂੰ ਕਿਵੇਂ ਪਤਾ? ਕਹਿੰਦਾ ਮੈਨੂੰ ਕਿਉਂ ਨਾ ਪਤਾ ਹੋਊਗਾ, 10 ਰੁਪਏ ਦਾ ਠੇਕਾ ਤਾਂ ਮੈਂ ਕਰਕੇ ਆਇਆ, ਬੋਲ ਸ਼ੰਕਰ। ਸਿਸਟਮ ਪ੍ਰੇਮੀਓ ਆਪਣੇ ਇੰਨੇ ਜ਼ਿਆਦਾ ਹੋ ਗਏ ਨੇ, ਆਪਾਂ ਇੱਥੇ ਇੱਕ ਇੰਨੀ ਜ਼ਿਆਦਾ ਹੀਰਾ ਫੇਰੀ ਕਰਨ ਲੱਗ ਗਏ ਵੀ ਆਪਾਂ ਬੜੇ ਜ਼ਿਆਦਾ ਸਮਾਰਟ ਬਣ ਗਏ। ਅੱਜ ਦੁਨੀਆ ਬੜੀ ਸਿਆਣੀ ਹੈ, ਜਿਸੇ ਪੁੱਛੋ ਬ੍ਰਹਮ ਗਿਆਨੀ। ਮੈਨੇ ਕਹਾ ਇੱਕ ਸ਼ਰਾਬੀ ਸੇ, ਬਾਜ ਆ ਜਾਓ ਇਸ ਖਰਾਬੀ ਸੇ, ਬੋਲਾ ਤੁਮੋ ਕਿਸ ਛੁੜਾਤੇ ਹੋ, ਤੁਮ ਵੀ ਤੋ ਪੰਡ ਜੀ ਅੰਗੂਰ ਖਾਤੇ ਹੋ, ਉਨ੍ਹੀਂ ਅੰਗੂਰੋ ਕਾ ਇਹ ਪਾਣੀ ਹੈ। ਅੱਜ ਦੁਨੀਆ ਬੜੀ ਸਿਆਣੀ ਹੈ, ਜਿਸੇ ਪੁੱਛੋ ਵੋ ਬ੍ਰਹਮ। ਮੈਂ ਸ਼ਰਾਬੀ ਨੂੰ ਕਿਹਾ ਸ਼ਰਾਬ ਨਾ ਪੀਆ ਕਰ, ਮਾੜੀ ਗੱਲ।
ਮੈਂ ਸ਼ਰਾਬੀ ਨੂੰ ਕਿਹਾ ਸ਼ਰਾਬ ਨਾ ਪੀਆ ਕਰ ਬਾਈ, ਮਾੜੀ ਗੱਲ ਹੈ। ਕਹਿੰਦਾ ਪੰਡਿਤ ਜੀ ਤੁਸੀਂ ਅੰਗੂਰ ਨਹੀਂ ਖਾਂਦੇ। ਮੈਂ ਕਿਹਾ ਬਾਈ ਅੰਗੂਰ ਤਾਂ ਮੈਂ ਬਹੁਤ ਖਾਂਦਾ। ਕਹਿੰਦਾ ਬਸ ਗੱਲ ਇੱਕੋ ਹੀ ਹੈ, ਤੁਸੀਂ ਅੰਗੂਰ ਖਾਂਦੇ ਹੋ, ਅਸੀਂ ਜੂਸ ਪੀ ਲੈਂਦੇ। ਮਾਸ ਖਾਣੇ ਵਾਲੇ ਸੇ ਮੈਨੇ ਫਰਮਾਇਆ, ਮੈਂ ਮਾਸ ਖਾਣ ਵਾਲੇ ਨੂੰ ਟੋਕਿਆ, ਮਾਸ ਖਾਣ ਵਾਲੇ ਸੇ ਮੈਨੇ ਫਰਮਾਇਆ ਤੂਨੇ ਤੀਤਰ ਕਿਉਂ ਮਾਰ ਖਾਇਆ। ਤੇ ਮਾਸ ਖਾਣ ਵਾਲੇ ਨੂੰ ਜਦੋਂ ਮੈਂ ਕਿਹਾ ਵੀ ਤੀਤਰ ਕਿਉਂ ਮਾਰਿਆ, ਔਰ ਵੈਸੇ ਮਾਸ ਖਾਣਾ ਨਹੀਂ ਚਾਹੀਦਾ। ਕਹਿੰਦੇ ਨੇ ਜਿੱਥੇ ਮਾਸ ਕੱਟਿਆ ਵੱਢਿਆ ਜਾਂਦਾ ਹੋਵੇ ਉਸ ਜਗ੍ਹਾ ਨੂੰ ਆਪਾਂ ਕਹਿੰਦੇ ਹਾਂ ਬੂਚੜ ਖਾਣਾ, ਜਿੱਥੇ ਮਾਸ ਰੱਖਿਆ ਜਾਂਦਾ ਹੋਵੇ ਕੱਟ ਕੇ ਉਹਨੂੰ ਕਹਿੰਦੇ ਹਾਂ ਹੱਡਾ ਰੋੜੀ। ਤੇ ਜਦੋਂ ਦੋ ਦੋ ਕਿਲੋ ਢਿੱਡ ਚ ਮਾਰਦੇ ਹਾਂ, ਸਵਾਮੀ ਰਾਮਦੇਵ ਕਹਿੰਦੇ ਨੇ, ਬਹੁਤ ਲੋਕ ਘੱਟ, ਬਹੁਤ ਲੋਕ ਫੋਲੋ ਵੀ ਕਰਦੇ ਆ, ਬਹੁਤ ਲੋਕ ਉਹਨਾਂ ਦੇ ਵਿਰੁੱਧ ਵੀ ਚੱਲਦੇ ਨੇ, ਪਰ ਇੱਕ ਗੱਲ ਕਹਿੰਦੇ ਮੇਰੇ ਜੱਚੀ ਉਹਨਾਂ ਦੀ ਗੱਲ, ਸਵਾਮੀ ਰਾਮਦੇਵ ਕਹਿੰਦੇ ਵੀ ਪੰਡਿਤ ਜੀ ਜੇ ਕੋਈ ਬੰਦਾ 12 ਅੰਡੇ ਖਾਂਦਾ ਹੈ, 12 ਅੰਡੇ 12 ਐਗ, ਵੈਸੇ ਐਗ ਜਿਹੜੇ ਹੁੰਦੇ ਨੇ ਉਹ ਨਾਨ ਵੈਜ ਦੇ ਵਿੱਚ ਹੀ ਆਉਂਦੇ, ਕਲੀਅਰ ਕਰ ਲਓ ਮੈਥਣ ਮਾੜਾ ਜੀ, ਜਿਹੜੇ ਖਾਣੇ ਆਉਂਦੇ ਆ ਨਾ ਜਿਹੜੇ ਖਾਂਦੇ ਨੇ ਤੇ ਉਹ ਤਾਂ ਬਹਾਨੇ ਲਾ ਦਿੰਦੇ। ਕਹਿੰਦੇ ਪੰਡਿਤ ਜੀ ਕੋਈ ਗੱਲ ਨੀ, ਵੈਜੀਟੇਰੀਅਨ ਹੀ ਹੁੰਦੇ ਸ਼ਕ ਲੈ ਗੁਰੂ ਬਲ ਸ਼ੰਕਰ ਮਹਾਰਾਜ ਨੂੰ। ਮੈਂ ਕਿਹਾ ਬਾਈ ਕਿਉਂ ਸ਼ਕੀਏ, ਖਰਾਬ ਹੋ ਜਾਏਗਾ, ਧਰਮ ਭ੍ਰਿਸ਼ਟ ਹੋ ਜਾਏਗਾ। ਕਹਿੰਦਾ ਕੋਈ ਗੱਲ ਨੀ, ਤੁਹਾਨੂੰ ਤਾਂ ਮੰਤਰ ਆਉਂਦੇ ਆ, ਇੱਕ ਅੱਧਾ ਆਂਡਾ ਖਾ ਕੇ ਮੰਤਰ ਪੜ੍ਹ ਲਿਆ ਕਰੋ, ਮੁਰਗੇ ਦਾ ਵੀ ਕਲਿਆਣ ਹੋ ਜੂ। ਸਿਸਟਮ ਬਦਲ ਗਏ ਨੇ, ਪਰ 12 ਆਂਡੇ ਖਾਓ ਔਰ ਬਦਲੇ ਦੇ ਵਿੱਚ ਇੱਕ ਸੰਤਰਾ ਖਾ ਲਓ, ਬਰਾਬਰ ਵਿਟਾਮਿਨ ਸੀ ਤੁਹਾਨੂੰ ਇੱਕ ਸੰਤਰੇ ਦੇ ਵਿੱਚੋਂ ਮਿਲੂਗਾ ਜਿੰਨਾ 12 ਆਂਡਿਆਂ ਦੇ ਵਿੱਚੋਂ ਮਿਲੂ। ਹੁਣ 12 ਸੰਤਰੇ ਖਾ ਲਓ ਤੇ ਬਦਲੇ ਦੇ ਵਿੱਚ ਇੱਕ ਆਂਵਲਾ ਖਾ ਲਓ, ਬਰਾਬਰ ਵਿਟਾਮਿਨ ਸੀ ਤੁਹਾਨੂੰ ਆਂਵਲੇ ਦੇ ਵਿੱਚੋਂ ਮਿਲੂਗਾ। ਹੁਣ ਜਿਹੜੇ ਲੋਕ ਬਾਨੇਬਾਜ਼ ਨੇ ਫਿਰ ਉਹ ਕੀ ਕਹਿੰਦੇ ਨੇ, ਕਿਉਂਕਿ ਜਹਾਂ ਸ਼ਮਾ ਹੋ ਪਰਵਾਨੇ ਬਹੁਤ ਹੈ, ਮਨ ਕੋ ਠਗਨੇ ਕੇ ਬਹਾਨੇ ਬਹੁਤ ਹੈ, ਸਵਾਲ ਖਾਣੇ ਕਾ ਨਹੀਂ ਸਵਾਲ ਤੋਂ ਦਿਲ ਕਾ ਹੈ, ਔਰ ਜਹਾਂ ਦਿਲ ਨਹੀਂ ਵਹਾਂ ਬਹਾਨੇ ਬਹੁਤ ਹੈ। ਉਹ ਬੰਦਾ ਕਹਿੰਦਾ ਪੰਡਿਤ ਜੀ ਕਿੱਥੇ ਆਂਵਲਾ ਕਿੱਥੇ ਆਮਲੇਟ, ਫਰਕ ਨਹੀਂ ਪਤਾ ਲੱਗਦਾ ਬਸ ਸੱਚੇ ਦਰਬਾਰ ਕੀ, ਟੇਸਟ ਦਾ ਬੜਾ ਜ਼ਿਆਦਾ ਫਰਕ ਹੋ ਜਾਂਦਾ। ਔਰ ਟੇਸਟ ਦਾ ਫਰਕ ਪਿਆ ਤਾਂ ਹੀ ਅੱਜ ਇੰਨਾ ਫਰਕ ਪੈ ਗਿਆ, ਟੇਸਟ ਦਾ ਫਰਕ ਪਿਆ ਨਾ, ਬੰਦਾ ਟੇਸਟ ਨਹੀਂ ਬਦਲਣਾ ਚਾਹੁੰਦਾ, ਤੇ ਟੇਸਟ ਦਾ ਫਰਕ ਇੰਨਾ ਪਿਆ ਅੱਜ ਤੋਂ 15 ਸਾਲ ਪਹਿਲਾਂ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਹੋਣਾ ਵੀ ਭਾਈ ਸਤਸੰਗ ਤੇ ਜਾਇਆ ਕਰਾਂਗੇ, ਤੇ ਸਤਸੰਗ ਤੇ ਜਾ ਕੇ ਫਿੱਕੀ ਝਾੜ ਮੰਗਾਉਣੀ ਪਿਆ ਗੁਰੂ ਬਲ ਸੱਚੇ ਦਰਬਾਰ। ਸੋਚਿਆ ਸੀ 15 ਸਾਲ ਪਹਿਲਾਂ ਕਿਸੇ ਨੇ, ਬਜ਼ੁਰਗ ਬੈਠੇ ਨੇ ਪੁੱਛ ਕੇ ਵੇਖੋ ਇਹਨਾਂ ਤੋਂ, ਕਦੇ ਕਿਸੇ ਨੇ ਸੋਚਿਆ ਸੀ ਵੀ ਸਤਸੰਗ ਚ ਜਾਵਾਂਗੇ, ਗੁੱਸਾ ਨਾ ਕਰਿਓ ਕੁਰਸੀਆਂ ਸਾਨੂੰ ਲਵਾਉਣੀਆਂ ਪਿਆ ਕਰਨਗੀਆਂ ਵੀ ਲੋਕਾਂ ਤੋਂ ਬੈਠੇ ਨਹੀਂ ਜਾਣ। ਕਦੇ ਕਿਸੇ ਨੇ ਸੋਚਿਆ ਸੀ ਇੱਕ 50 ਸਾਲ ਦਾ ਬੰਦਾ ਜਿਹਦੇ ਜਿਹੜੇ ਬਾਲ ਨੇ ਚਿੱਟੇ ਹੋ ਗਏ ਨੇ, ਕੋਈ ਗੱਲ ਨੀ 50 ਸਾਲਾਂ ਦੀ ਉਮਰ ਹੈ ਵਾਈਟ ਹੋਣਗੇ, ਤੇ ਜੇ 25 ਸਾਲਾਂ ਦਾ ਮੁੰਡਾ ਬਾਲਾਂ ਤੇ ਡਾਈ ਲਾਉਂਦਾ ਉਹਦੇ ਬਾਲ ਚਿੱਟੇ ਨੇ, ਤੇ ਗੱਲ ਹੱਸਣ ਦੀ ਨਹੀਂ ਪ੍ਰੇਮੀਓ, ਇਹ ਚਿੰਤਾ ਕਰਨ ਦਾ ਵਿਸ਼ਾ। ਇੱਕ ਸਿਆਣਾ ਬਿਆਣਾ ਬੰਦਾ ਜਿਹਦੀ ਏਜ ਹੈ 60 ਸਾਲ, ਉਹ ਪੌੜੀਆਂ ਚੜ੍ਹਦਾ ਸੀੜੀਆਂ ਚੜ੍ਹਦਾ ਉਹਨੂੰ ਸਾਹ ਚੜ੍ਹ ਜਾਂਦਾ, ਕੋਈ ਗੱਲ ਨੀ ਏਜ ਫੈਕਟਰ ਹੈ, ਤੇ ਜੇ 25 ਸਾਲਾਂ ਦਾ ਮੁੰਡਾ ਪੌੜੀਆਂ ਚੜ੍ਹੇ ਤੇ ਉਹਦਾ ਸਾਹ ਚੜ੍ਹਦਾ, ਇਹ ਚਿੰਤਾ ਦਾ ਰੋਗ ਲੱਗੀ ਜਾਂਦੇ ਨੇ। ਮੈਦਾਨਤਾ ਦੇ ਵਿੱਚ ਗਏ, 2 ਦਿਨ ਪਹਿਲਾਂ ਦੀ ਗੱਲ ਹੈ ਪ੍ਰੇਮੀਓ, 2 ਦਿਨ ਪਹਿਲਾਂ ਦੀ। ਡਾਕਟਰ ਸਾਹਿਬ ਇਹ ਬੱਚੇ ਨੂੰ ਸ਼ਾਇਦ ਕੀ ਬਿਮਾਰੀ ਹੋਊਗੀ, ਇਹਨੇ ਤਾਂ ਬੱਚੇ ਨੇ ਕਦੇ ਗੀ ਨਹੀਂ ਖਾਇਆ ਹੋਣਾ, ਇਹ ਬੱਚੇ ਨੇ ਤਾਂ ਕਦੇ ਸਮੋਕਿੰਗ ਨਹੀਂ ਕੀਤੀ ਹੋਣੀ, ਡ੍ਰਿੰਕ ਨਹੀਂ ਕੀਤੀ ਹੋਣੀ, 3 ਸਾਲਾਂ ਦਾ ਬੱਚਾ, ਇਹਨੂੰ ਕੀ ਪ੍ਰੋਬਲਮ ਹੈ। ਤਾਂ ਡਾਕਟਰ ਕਹਿੰਦਾ ਜੀ ਪ੍ਰੋਬਲਮ ਇਹਨੂੰ ਨੀ, ਇਹਦੀ ਮਾਂ ਨੂੰ ਸੀ ਜਿਹੜੀ ਇਹਨੇ ਚਾਲੀ। ਬੋਲ ਸ਼ੰਕਰ ਭਗਵਾਨ ਕਲਾ ਕਰਨ ਵਾਸਤੇ ਮੈਂ ਡਾਕਟਰ ਤੋਂ ਪੁੱਛਿਆ, ਜੋ ਕਿ ਕੈਂਸਰ ਦਾ ਬਹੁਤ ਵੱਡਾ ਡਾਕਟਰ ਸੀ, ਮੈਂ ਕਿਹਾ ਡਾਕਟਰ ਸਾਹਿਬ ਕੈਂਸਰ ਕਾਹਦੇ ਨਾਲ ਹੁੰਦਾ ਹੈ? ਕਹਿੰਦੇ ਜੀ ਪਾਣੀ ਸਭ ਤੋਂ ਜ਼ਿਆਦਾ ਵੱਡਾ ਕਾਰਨ ਹੈ। ਮੈਂ ਕਿਹਾ ਕਿੰਨਾ ਕੁ ਪਾਣੀ ਜੇ ਬੰਦਾ ਅੰਦਰ ਲੈ ਜੇ ਤਾਂ ਵੀ ਕੈਂਸਰ ਹੋ ਸਕਦਾ ਹੈ, ਗੰਦਾ ਪਾਣੀ ਕਿੰਨਾ ਹੁੰਦਾ ਹੈ। ਐਂ ਨਾ ਸੋਚੋ ਵੀ ਅਸੀਂ ਐਕੂਆ ਗਾਰਡ ਦਾ ਪਾਣੀ ਪੀਂਦੇ ਹਾਂ, ਐਕੂਆ ਗਾਰਡ ਦਾ ਪਾਣੀ ਪੀਂਦੇ ਹੋ ਉਹਦੇ ਨਾਲ ਬਚਾਅ ਹੋ ਜੂਗਾ ਤੁਹਾਡਾ, ਹੋਰ ਦੂਜੀ ਥਾਂ ਤੇ ਆ ਜਾਓ।
20 ml ਪਾਣੀ ਕਿੰਨਾ ਹੁੰਦਾ ਹੈ? ਜਦੋਂ ਬ੍ਰਸ਼ ਕਰਦੇ ਹੋ 30 ml ਪਾਣੀ ਤੁਹਾਡੇ ਅੰਦਰ, ਉਦੋਂ ਕਿੰਨਾ ਪਾਣੀ ਤੁਹਾਡੇ ਅੰਦਰ ਜਾਂਦਾ ਹੈ? ਦੂਸ਼ਿਤ ਪਾਣੀ। ਕਿੱਥੇ ਕਿੱਥੇ ਬੰਦਾ ਬਚੇਗਾ ਪ੍ਰੇਮੀਓ, ਕਿੱਥੇ ਕਿੱਥੇ ਬਚਾਓਗੇ? ਪਹਿਲਾਂ ਦੀ ਗੱਲ ਕਰੀਏ ਤਾਂ ਜ਼ਮਾਨੇ ਬੰਦਾ ਮਾਸ ਖਾਂਦਾ ਮਮ ਅੰਸ਼ ਭਗਤੀ, ਅਰਥਾਤ ਜਿਹੜਾ ਬੰਦਾ ਉਸ ਜਾਨਵਰ ਨੂੰ ਖਾਣੇ ਵਾਲੇ ਸੇ ਮੈਨੇ ਫਰਮਾਇਆ ਤੂਨੇ ਤੀਤਰ ਕਿਉਂ ਮਾਰ ਖਾਇਆ। ਹੁਣ ਉਹਨੇ ਖਾਧਾ ਨੀ, ਮੈਂ ਕਿਹਾ ਮੈਂ ਦੇਖਿਆ ਕਿ ਤਿੱਤਰ ਨੂੰ ਮਾਰਿਆ ਪੇਟ ਦੇ ਵਿੱਚ ਪਾ ਗਿਆ। ਕਹਿੰਦਾ ਪੰਡਿਤ ਜੀ ਮੈਂ ਤਾਂ 84 ਲੱਖ ਯੋਨੀਆਂ ਦੇ ਵਿੱਚੋਂ ਇੱਕ ਯੋਨੀ ਮੁਕਤ ਕਰਤੀ। ਕਹਤਾ ਹੂੰ ਕਭੀ ਆਤਾ ਹੂੰ ਕਭੀ ਜਾਤਾ ਹੂੰ, ਕਿਉਂਕਿ ਇਹ ਦੁਨੀਆ ਪੰਡਿਤ ਜੀ ਆਨੀ ਜਾਨੀ ਹੈ, ਆਪ ਦੁਨੀਆ ਬੜੀ ਸਿਆਣੀ ਹੈ, ਜਿਸੇ ਪੁੱਛੋ ਵੋ ਬ੍ਰਹਮ। ਚੀਨ ਦਾ ਇੱਕ ਫਿਲਾਸਫਰ ਹੈ, ਉਹਦਾ ਨਾਮ ਹੈ ਕਨਫਿਊਸ਼ੀਅਸ, ਬਹੁਤ ਲੋਕਾਂ ਨੇ ਸੁਣਿਆ ਹੋਗਾ ਐਜੂਕੇਸ਼ਨ ਫੈਮਿਲੀ ਦੇ ਵਿੱਚ। ਇੰਗਲਿਸ਼ ਦੀ ਕਿਤਾਬ ਦੇ ਵਿੱਚ ਲਿਖਦਾ ਹੈ, ਕਹਿੰਦਾ ਵੀ ਜਿੰਨੇ ਲੋਕ ਪੜ੍ਹ ਲਿਖ ਰਹੇ ਨੇ ਐ ਨਾ ਸੋਚੋ ਵੀ ਵਿਦਵਾਨ ਬਣ ਰਹੇ ਨੇ, ਐਜੂਕੇਸ਼ਨ ਵੱਧ ਰਹੀ ਹੈ, ਐ ਸੋਚੋ ਵੀ ਮੂਰਖਾਂ ਦੀ ਸੰਖਿਆ ਦੇ ਵਿੱਚ ਵਰਿਧੀ ਹੋ ਰਹੀ ਹੈ। ਬਹੁਤ ਭਾਰੀ ਸ਼ਬਦ ਸੀ, ਮੈਂ ਉਹਨੂੰ ਸਹੀ ਪੁੱਛਿਆ, ਮੈਂ ਕਿਹਾ ਤਾਇਆ ਜੀ ਇਹ ਕੀ ਕਿਹਾ ਹੈ ਜੀ? ਤੇ ਪੰਡਿਤ ਜੀ ਕਹਿਣ ਲੱਗੇ ਭਾਈ ਗੱਲ ਇਹਦੀ ਸਹੀ ਹੈ, ਆਪਾਂ ਜਿੰਨੇ ਪੜ੍ਹ ਲਿਖ ਰਹੇ ਹਾਂ ਓਨੇ ਪਿੱਛੇ ਹੋ ਰਹੇ ਹਾਂ। ਜਿਵੇਂ ਪਹਿਲਾਂ ਇੱਕ ਪਿਆਰਾ ਜਿਹਾ ਸ਼ਬਦ ਸੀ ਜਿਹਨੂੰ ਆਪਾਂ ਕਹਿੰਦੇ ਸੀ ਮਾਂ, ਕਹਿੰਦੇ ਸੀ ਨਾ ਆਪਣੀ ਮਾਂ ਮੰਮੀ ਨੂੰ, ਅੱਜ ਕੱਲ੍ਹ ਤਾਂ ਮੰਮੀ ਕਹਿੰਦੇ ਹੈ, ਪਹਿਲਾਂ ਕੀ ਕਹਿੰਦੇ ਸੀ? ਮਾਂ, ਮਾਤਾ ਜੀ, ਬੇਬੇ ਜੀ, ਬੀਜੀ, ਝਾਈ ਕਹਿੰਦੇ ਸੀ। ਅੱਜ ਕੱਲ੍ਹ ਆਪਣੀ ਇਗਜ਼ਿਪਟ ਦੀ ਮੈਂ ਗੱਲ ਕਰ ਰਿਹਾ, ਮਿਸਰ ਦੇਸ਼ ਦੇ ਵਿੱਚ ਜਦੋਂ ਕੋਈ ਮਰ ਜਾਂਦਾ ਉਹਦੀ ਲਾਸ਼ ਨੂੰ ਮਸਾਲਾ ਲਾ ਕੇ ਰੱਖ ਦਿੰਦੇ ਆ, ਤੇ ਉਹਦੀ ਲਾਸ਼ ਨੂੰ ਕੀ ਕਹਿੰਦੇ ਆ ਭਾਈ? ਤੇ ਹੁਣ ਕਹਾਇਆ ਕਰੋ ਮੰਮੀਆਂ ਕੋਲ ਸੱਚੇ ਦਰਬਾਰ ਕੀ, ਜਿਉਂਦੀਆਂ ਮਾਵਾਂ ਨੂੰ ਦਫਨਾਈ ਜਾਂਦੇ ਨੇ ਅੱਜ ਕੱਲ੍ਹ। ਪਿਤਾ ਜੀ, ਬਾਊ ਜੀ, ਤੇ ਅੱਜ ਕੱਲ੍ਹ ਪਿਤਾ ਜੀ ਨੂੰ ਕੀ ਕਹਿੰਦੇ ਨੇ? ਡੈਡੀ। ਅੱਧੇ DA ਵੀ ਬਣਾ ਦਿੰਦੇ ਨੇ, ਬਹੁਤ ਸੱਚੇ ਸ਼ੰਕਰ ਭਗਵਾਨ ਨੇ ਕੀ ਡੈਡੀ ਤੇ ਡੈਡ ਸਪੈਲਿੰਗ ਉਹੀ ਲੱਗਦੇ ਨੇ, ਪ੍ਰੇਮੀ ਹਿਸਾਬ ਲਾ ਕੇ ਵੇਖ ਲਿਓ ਸੱਚੇ ਦਰਬਾਰ ਕੀ ਕਹਿੰਦੇ। ਜੇ ਜ਼ਰੂਰਤਾਂ ਪੂਰੀਆਂ ਕਰਦੇ ਰਹਿੰਦੇ ਨੇ ਫਿਰ ਤਾਂ ਡੈਡੀ ਨੇ, ਤੇ ਜਦੋਂ ਬਾਪੂ ਜ਼ਰੂਰਤਾਂ ਪੂਰੀਆਂ ਕਰਨੀਆਂ ਬੰਦ ਕਰ ਦਿੰਦਾ ਫਿਰ ਡੈਡੀ ਹੈ ਉਹ ਸ਼ੰਕਰ ਭਗਵਾਨ ਕੀ। ਬਾਪੂ ਖੰਘਿਆ ਨਾ ਕਰ ਖੰਘ ਜੀ, ਸਾਡੇ ਬੱਚੇ ਡਰਦੇ ਨੇ, ਜਦੋਂ ਬੁੱਢਾ ਹੋ ਜਾਂਦਾ ਨਾ ਬਾਪ ਫਿਰ ਕੀ ਬਣਦਾ ਉਹਦੇ ਨਾਲ। ਬਾਪੂ ਖੰਘਿਆ ਨਾ ਕਰ ਖੰਘ ਜੀ, ਸਾਡੇ ਬੱਚੇ ਡਰਦੇ ਨੇ, ਜੀਓ ਜੀ ਗਾਲਾਂ ਕੱਢੇ ਉਹਨੂੰ ਵੇਖਣਾ ਚਲਦੇ ਨੇ, ਉੱਤੇ ਹੀ ਚੰਗੇ ਨੇ, ਆਖਿਰ ਕਰਕੇ ਢਿੱਡ ਤਾਂ ਭਰਦੇ ਨੇ। ਫਿਰ ਹਾਏ ਨਿਕਲਦੀ ਹੈ ਬਾਪੂ ਦੇ ਦਿਲ ਵਿੱਚੋਂ, ਬਾਪੂ ਦੇ ਦਿਲ ਵਿੱਚੋਂ 20 ਸਾਲਾਂ ਬਾਅਦ ਉਹੀ ਕਹਾਣੀ, ਪੂਰੇ 35 ਸਾਲਾਂ ਬਾਅਦ ਮੇਰੀ ਥਾਂ ਤੇ ਬਾਪੂ ਸੀ ਮੇਰਾ ਨਹੀਂ ਰੱਬ ਸੀ ਮੈਨੂੰ। ਕਬਰ 'ਚ ਲੱਤਾਂ, ਕਬਰ 'ਚ ਲੱਤਾਂ। ਹੁਣ ਸਮਝਾ, ਬੰਦਾ ਜੋ ਕਰਦਾ ਸੋ ਭਰਦਾ ਹੈ, ਜੋ ਬਾਪ ਮੇਰੇ ਨਾਲ ਮੈਂ ਕੀਤੀ ਅੱਜ ਮੇਰਾ ਪੁੱਤੀ ਮੇਰੇ ਨਾਲ। ਫਾਦਰ ਡੇ ਮਨਾਓ, ਜ਼ਰੂਰ ਮਨਾਓ, ਪਰ ਇੱਕ ਦਿਨ ਨਾ ਮਨਾਓ, 365 ਦਿਨ ਮਨਾਓ। ਕੀ ਕਾਰਨ ਹੈ ਫਾਦਰ ਡੇ ਮਨਾਉਣ ਦਾ? ਇੱਕ ਵੇਟਰ ਜਦੋਂ ਪਾਣੀ ਦਾ ਗਲਾਸ ਫੜਾਉਂਦਾ ਹੈ, ਆਪਾਂ ਨੂੰ ਬਦਲੇ ਵਿੱਚ ਕਹਿੰਦੇ ਹਾਂ ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਤੂੰ ਸਾਨੂੰ ਪਾਣੀ ਪਿਲਾਇਆ। ਪਰ ਇੱਕ ਬੰਦਾ ਜੋ ਤੁਹਾਡਾ ਪਿਤਾ ਹੈ, ਹਰ ਰੋਜ਼ ਮਿੱਟੀ ਦੇ ਨਾਲ ਮਿੱਟੀ ਹੁੰਦਾ ਹੈ, ਹਰ ਰੋਜ਼ ਮੰਡੀ ਦੇ ਵਿੱਚ ਜਾ ਕੇ ਰੁਲਦਾ ਹੈ, ਹਰ ਰੋਜ਼ ਮਿਹਨਤ ਕਰਦਾ ਹੈ, ਸਟਰਗਲ ਕਰਦਾ ਹੈ, ਦੁਕਾਨ ਤੇ ਜਾਂਦਾ, ਆਫਿਸ ਦੇ ਵਿੱਚ ਜਾਂਦਾ ਹੈ, ਤੇ ਸ਼ਾਮ ਨੂੰ ਜਦੋਂ ਪੇ ਲੈ ਕੇ ਆਉਂਦਾ ਤੁਹਾਡੀ ਰੋਟੀ ਪਾਣੀ ਦਾ ਬੰਦੋਬਸਤ ਕਰਦਾ ਹੈ, ਤੇ ਬੰਦੇ ਤੂੰ ਉਹਨੂੰ ਕਦੇ ਥੈਂਕ ਯੂ ਕੀਤਾ ਨਹੀਂ। ਇੱਕ ਮਾਂ ਜੋ ਹਰ ਰੋਜ਼ ਰੋਟੀ ਦਿੰਦੀ ਹੈ, ਇੱਕ ਮਾਂ ਜਿਹਦੇ ਕੋਲੇ ਬੱਚਾ ਬੈਠਾ ਹੈ, ਰੋਟੀ ਖਾ ਰਿਹਾ ਹੈ, ਰੋਟੀ ਖਾਂਦੇ ਖਾਂਦੇ
ਉਹਦੇ ਜਿਹੜੇ ਨਿਵਾਲਾ ਗੱਲ ਦੇ ਵਿੱਚ ਅਟਕ ਗਿਆ, ਆਸ ਪਾਸ ਦੇਖਿਆ ਕੋਈ ਨੀ ਨਜ਼ਰ ਆਇਆ, ਤੇ ਮਾਂ ਨੇ ਪਾਣੀ ਦਾ ਗਲਾਸ ਫੜਾਤਾ ਔਰ ਮੁੰਡੇ ਨੇ ਮੰਗਿਆ ਵੀ ਨਹੀਂ। ਰੋਟੀ ਖਾਂਦੇ ਖਾਂਦੇ ਮੁੰਡਾ ਇੱਧਰ ਉੱਧਰ ਵੇਖੇ, ਮਾਂ ਕਹਿੰਦੀ ਹੈ ਸਬਜ਼ੀ 'ਚ ਨਮਕ ਘੱਟ ਹੈ, ਇਹਨੂੰ ਨਮਕ ਦਿਓ। ਤੇ ਮੁੰਡਾ ਕਹਿੰਦਾ ਮਾਂ ਤੈਨੂੰ ਕਿਵੇਂ ਪਤਾ ਲੱਗਿਆ ਸਬਜ਼ੀ 'ਚ ਨਮਕ ਘੱਟ ਹੈ, ਤੇ ਮੈਂ ਤਾਂ ਬੋਲਿਆ ਹੀ ਨਹੀਂ। ਤੇ ਮਾਂ ਕਹਿੰਦੀ ਬੇਟਾ ਮੈਨੂੰ ਤਾਂ ਉਦੋਂ ਵੀ ਪਤਾ ਲੱਗਦਾ ਸੀ ਜਦੋਂ ਤੂੰ ਬੋਲਣਾ ਨਹੀਂ ਸੀ ਜਾਣਦਾ ਵੀ ਤੈਨੂੰ ਠੰਡ ਲੱਗਦੀ ਹੈ, ਮੈਨੂੰ ਤਾਂ ਉਦੋਂ ਵੀ ਪਤਾ ਲੱਗਦਾ ਸੀ ਤੈਨੂੰ ਭੁੱਖ ਲੱਗੀ ਹੈ ਜਦੋਂ ਰੋਂਦਾ ਸੀ। ਔਰ ਬੰਦਾ ਨਹੀਂ ਸਮਝ ਸਕਦਾ ਜਦੋਂ ਬੱਚਾ ਰੋਂਦਾ ਮਾਂ ਨੂੰ ਪਤਾ ਲੱਗ ਜਾਂਦਾ, ਔਰ ਸਾਊਂਡ ਤਾਂ ਇੱਕੋ ਜਿਹਾ ਹੀ ਹੁੰਦਾ ਬੱਚੇ ਦੇ ਰੋਣ ਦਾ, ਪਰ ਮਾਂ ਨੂੰ ਪਤਾ ਲੱਗਦਾ ਬਈ ਹੁਣ ਇਹਨੂੰ ਭੁੱਖ ਲੱਗੀ ਹੈ, ਹੁਣ ਇਹਨੂੰ ਠੰਡ ਲੱਗਦੀ ਹੈ, ਹੁਣ ਇਹਨੂੰ ਕੋਈ ਗਰਮੀ ਲੱਗੀ। ਇਹ ਮਾਂ ਨੂੰ ਪਤਾ ਹੋ ਸਕਦਾ, ਹੋਰ ਕਿਸੇ ਨੂੰ ਪਤਾ ਨਹੀਂ ਹੋ ਸਕਦਾ। ਤੇ ਉਸ ਮਾਂ ਵਾਸਤੇ ਬੇਟਾ ਤੂੰ ਇੱਕੋ ਹੀ ਦਿਨ ਕੱਢਦਾ ਜਿਹਨੂੰ ਤੂੰ ਕਹਿੰਦਾ ਮਦਰ ਡੇ, ਐਡਵਾਂਸ ਹੋ ਗਏ ਆਪਾਂ ਕਹਿੰਦੇ ਸਿਆਣੇ ਹੋ ਗਏ, ਪ੍ਰੇਮ ਹੁਣ ਵੇਖੋ ਆਪਾਂ ਕਿੰਨੇ ਕੁ ਸਿਆਣੇ ਹੋ ਗਏ। ਉੱਥੇ ਹੀ ਆਓ ਤਾਂ ਅੱਜ ਦੁਨੀਆਂ ਬੜੀ ਸਿਆਣੀ ਹੈ, ਜਿਸੇ ਪੁੱਛੋ ਉਹ ਬ੍ਰਹਮ ਗਿਆਨੀ। 6 ਮਿੰਟ ਜੇ ਆਪਾਂ ਰੱਬ ਨੂੰ ਦਈਏ ਤਾਂ ਬੇੜਾ ਪਾਰ ਹੋ ਸਕਦਾ ਹੈ। ਕਿਉਂ ਦੇਣੇ ਚਾਹੀਦੇ ਆ 6 ਮਿੰਟ ਰੱਬ ਨੂੰ? ਕਾਰਨ ਕੀ ਕਾਰਨ ਹੈ? ਕੋਈ ਕਹਿਣ ਲੱਗਿਆ ਧਰਤੀ ਮਾਂ ਵੱਡੀ, ਕੀ ਕਾਰਨ ਹੈ? ਮੈਂ ਕਾਰਨ ਸਮਝਾਉਣਾ ਬੰਦੇ ਨੂੰ ਰੱਬ ਦਾ ਸਿਮਰਨ ਕਿਉਂ ਕਰਨਾ ਚਾਹੀਦਾ, ਕੀ ਕਾਰਨ ਹੈ ਤੁਹਾਨੂੰ ਰੱਬ ਦਾ ਸਿਮਰਨ ਕਰੋ, ਕੀ ਕਾਰਨ ਹੈ ਤੁਸੀਂ ਭਗਵਾਨ ਦੇ ਨਾਮ ਦਾ ਜਾਪ ਕਰੋ, ਕੀ ਕਾਰਨ ਹੈ ਤੁਸੀਂ ਮੈਡੀਟੇਸ਼ਨ ਅਧਿਆਤਮ ਕਰੋ, ਕੀ ਕਾਰਨ? ਮੈਂ ਤੁਹਾਨੂੰ ਦੇ ਰਿਹਾ ਕਾਰਨ, ਇੱਕ ਤੁਹਾਨੂੰ ਮੈਂ ਵਰਡ ਦੇ ਰਿਹਾ ਵੀ ਤੁਹਾਨੂੰ ਐਸ ਕਰਕੇ ਤੁਹਾਨੂੰ ਰੱਬ ਦੇ ਨਾਮ ਦਾ ਸਿਮਰਨ ਕਰਨਾ ਜ਼ਰੂਰੀ ਹੈ, ਐਸ ਕਰਕੇ ਤੁਹਾਨੂੰ ਭਗਵਾਨ ਦੇ ਨੇੜੇ ਲੱਗਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕਾਰਨ ਹੈ ਹਰ ਚੀਜ਼ ਦਾ, ਕੋਈ ਨਾ ਕੋਈ ਕਾਰਨ। ਕੋਈ ਕਹਿਣ ਲੱਗਿਆ ਧਰਤੀ ਮਾਂ ਵੱਡੀ, ਕੁੱਲ ਦੁਨੀਆਂ ਸਿਰ ਤੇ ਉਠਾਈ ਹੋਈ ਹੈ। ਦੂਜਾ ਜਾ ਕੇ ਕਹਿਣ ਲੱਗਿਆ ਧਰਤੀ ਮਾਂ ਨਹੀਂ ਵੱਡੀ, ਹਨ ਸ਼ੇਸ਼ ਵੱਡੇ ਜਿਨ੍ਹਾਂ ਫਣਤੇ ਜ਼ਮੀਨ ਉਠਾਈ ਹੋਈ ਹੈ। ਔਰ ਤੀਜਾ ਜਾ ਕੇ ਕਹਿਣ ਲੱਗਿਆ ਸ਼ੇਸ਼ ਨਾਗ ਨਹੀਂ ਵੱਡੇ, ਸ਼ਿਵ ਭਗਵਾਨ ਵੱਡੇ ਜਿਨ੍ਹਾਂ ਨੇ ਸ਼ੇਸ਼ ਦੀ ਮਾਲਾ ਗਲ ਪਾਈ ਹੋਈ ਹੈ। ਔਰ ਇੱਕ ਆ ਕੇ ਕਹਿਣ ਲੱਗਿਆ ਸ਼ਿਵ ਨਹੀਂ ਵੱਡੇ, ਹੈ ਕੈਲਾਸ਼ ਵੱਡਾ ਜਿੱਥੇ ਸ਼ਿਵਾ ਜਾਂ ਸਮਾਧੀ ਲਾਈ। ਔਰ ਇੱਕ ਆ ਕੇ ਕਹਿਣ ਲੱਗਿਆ ਕੈਲਾਸ਼ ਨਹੀਂ ਵੱਡਾ, ਸੀ ਰਾਵਣ ਵੱਡਾ। ਬਹੁਤ ਲੋਕਾਂ ਦੇ ਮਨ ਚ ਵਿੱਚ ਸੰਕੋਚ ਦੀ ਸੂਈ ਹਿੱਲ ਗਈ ਹੋਣੀ, ਰਾਵਣ ਵੱਡਾ, ਸ਼ੰਕਰ ਭਗਵਾਨ ਤੋਂ ਵੀ ਵੱਡਾ ਰਾਵਣ। ਕਿਉਂ? ਕਿਉਂਕਿ ਰਾਵਣ ਕੀ ਜਾਣਦੇ ਹੋ ਤੁਸੀਂ ਰਾਵਣ ਦੇ ਬਾਰੇ? ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਰਾਵਣ ਦੇ ਨਾਲ ਇਨਸਾਫ ਕਰਦੇ ਹੋਏ ਕਹਿੰਦੇ ਆ ਵੀ ਰਾਵਣ ਵਰਗਾ ਕੋਈ ਭਗਤ ਨਹੀਂ ਧਰਤੀ ਤੇ ਹੋ ਸਕਦਾ। ਆਪਾਂ ਰਾਮ ਨੂੰ ਮੰਨਦੇ ਹਾਂ, ਮੈਂ ਨਹੀਂ ਕਹਿੰਦਾ ਰਾਵਣ ਨੂੰ ਮੰਨੋ, ਇੱਕ ਆਲਣੇ ਦੇ ਵਿੱਚ ਇੱਕ ਪਾਲਣੇ ਦੇ ਵਿੱਚ ਤੁਸੀਂ ਤੋਲ ਲਓ, ਰਾਵਣ ਤੁਹਾਨੂੰ ਵੱਡਾ ਨਜ਼ਰ ਆਊਗਾ। ਰਾਮ ਬਰਾਬਰ ਰਾਵਣ, ਭਗਤੀ ਦੇ ਵਿੱਚ ਕੌਣ ਵੱਡਾ? ਰਾਮ ਵੱਡੇ, ਰਾਵਣ ਵੱਡਾ, ਵੋਟ ਜਾਊਗੀ ਰਾਵਣ ਦੀ ਤਰਫ। ਕਿਉਂ? ਕਿਉਂਕਿ ਰਾਵਣ ਦੇ 4 ਵੇਦ, 6 ਸ਼ਾਸਤਰ, 18 ਪੁਰਾਣ ਨੂੰ ਜਵਾਨੀ ਯਾਦ ਸੀ, ਰਾਮ ਦੇ ਇੱਕ ਵੀ ਨਹੀਂ ਸੀ ਯਾਦ। ਪੈਸੇ ਦੇ ਵਿੱਚ ਕੌਣ ਵੱਡਾ, ਰਾਮ ਵੱਡੇ ਜਾਂ ਰਾਵਣ ਵੱਡਾ? ਸਿਆਣੇ ਦੀ ਲੰਕਾ ਕਿਹਦੇ ਕੋਲੇ ਸੀ? ਰਾਵਣ ਵਾਲੇ ਪਾਸੇ ਵੋਟ। ਗਿਆਨ ਦੇ ਵਿੱਚ ਕੌਣ ਵੱਡਾ, ਐਜੂਕੇਸ਼ਨ ਦੇ ਵਿੱਚ ਕੌਣ ਵੱਡਾ, ਰਾਮ ਵੱਡੇ ਜਾਂ ਰਾਵਣ ਵੱਡਾ? ਵੋਟ ਫੇਰ ਗਈ ਰਾਵਣ ਕੋਲੇ, ਸਾਰਾ ਕੁਛ ਰਾਵਣ ਕੋਲੇ, ਗਿਆਨ ਵੀ, ਭਗਤੀ ਵੀ, ਪੈਸਾ ਵੀ। ਉਮਰ ਦੇ ਵਿੱਚ ਕੌਣ ਵੱਡਾ, ਰਾਵਣ ਵੱਡਾ ਜਾਂ ਰਾਮ ਵੱਡੇ? ਉਮਰ ਦੇ ਵਿੱਚ ਵੀ ਰਾਵਣ ਵੱਡਾ। ਤੇ ਫੇਰ ਕੋਈ ਕਹਿਣ ਲੱਗਿਆ ਪੰਡਿਤ ਜੀ ਤੁਸੀਂ ਤਾਂ ਰਾਵਣ ਨੂੰ ਨਾਇਕ ਬਣਾਤਾ ਤੇ ਰਾਮ ਖਲਨਾਇਕ ਬਣਾਤੇ, ਪਰ ਕਾਰਨ ਹੈ ਪ੍ਰੇਮੀਓ, ਸਾਰੇ ਗੁਣ ਹੋਣ ਦੇ ਬਾਵਜੂਦ ਵੀ, ਸਾਰੀਆਂ ਕੁਆਲਿਟੀਜ਼ ਹੋਣ ਦੇ ਬਾਵਜੂਦ ਵੀ ਰਾਵਣ ਦੇ ਨਾਲ ਇੱਕ ਅਵਗੁਣ ਜੁੜ ਗਿਆ। ਕੀ ਜੁੜ ਗਿਆ? ਅਹੰਕਾਰ, ਮੈਂ ਜੁੜ ਗਈ।
ਤੇ ਕੁਛ ਵੀ ਨਾ ਹੁੰਦਿਆਂ ਹੋਇਆ ਵੀ ਇੱਕ ਬੰਦੇ ਦੇ ਨਾਲ ਨਿਮਰਤਾ ਜੁੜ ਗਈ। ਹੁਣ ਨਿਮਰਤਾ ਬਰਾਬਰ ਹੰਕਾਰ ਸਾਰੇ ਗੁਣ ਉਹਦੇ ਜੀਰੋ ਹੋ ਗਏ, ਔਰ ਜਿਨ੍ਹਾਂ ਦੇ ਅੰਦਰ ਨਿਮਰਤਾ ਨੇ ਉਹ ਉੱਚੇ। ਨਾਨਕ ਨੀਵਾਂ ਜੋ ਚਲੈ ਲਗੇ ਨਾ ਤੱਤੀ। ਰਾਵਣ ਅੰਦਰ ਹੰਕਾਰ ਹੋ ਗਏ। ਰਾਮ ਨੇ ਟੈਲੀਫੋਨ ਕੀਤਾ ਰਾਵਣ ਨੂੰ, ਅੱਜ ਦੇ ਲਹਿਜੇ ਦੇ ਵਿੱਚ ਸੁਣਾਉਣਾ ਪੈਂਦਾ। ਰਾਮ ਨੇ ਟੈਲੀਫੋਨ ਕੀਤਾ ਰਾਵਣ ਨੂੰ, ਕਹਿੰਦੇ ਰਾਵਣ ਯੁੱਧ ਲੜਨਾ ਹੈ, ਤੇ ਯੁੱਧ ਦੇ ਵਿੱਚ ਜਦੋਂ ਆਪਾਂ ਯੁੱਧ ਕਰਾਂਗੇ ਤਾਂ ਥੋੜੇ ਜਿਹੇ ਨਿਯਮ ਬਣਾ ਲਈਏ ਪਹਿਲਾਂ। ਤੇ ਰਾਵਣ ਕਹਿੰਦਾ ਜੀ ਕੀ ਨਿਯਮ ਬਣਾਈਏ? ਤੇ ਰਾਮ ਕਹਿੰਦੇ ਭਾਈ ਜਦੋਂ ਲੜਾਈ ਹੋਏਗੀ ਨਾ, ਤੇ ਲੜਾਈ ਤੋਂ ਬਾਅਦ ਜਿਹੜੇ ਵੀ ਆਪਣੇ ਸਿਪਾਹੀ ਘਾਇਲ ਹੋਣਗੇ ਆਪਾਂ ਉਹਨਾਂ ਦੀ ਫਸਟ ਐਡ ਕਰਿਆ ਕਰਾਂਗੇ। ਇੱਕ ਦਿਨ ਯੁੱਧ ਹੋਇਆ ਤਾਂ ਰਾਵਣ ਰਾਮ ਦੇ ਹੱਥੇ ਚੜ ਗਏ, ਤੇ ਰਾਵਣ ਦੇ ਤੀਰ ਮਾਰਿਆ ਸ਼੍ਰੀ ਰਾਮ ਨੇ, ਤੇ ਰਾਵਣ ਝਾੜੀਆਂ ਦੇ ਵਿੱਚ ਗਿਰ ਗਿਆ। ਭਵਿਸ਼ਣ ਨੇ ਕਹਿਤਾ, ਕਹਿੰਦਾ ਮਹਾਰਾਜ ਦੀ ਧੁਨੀ ਦੇ ਵਿੱਚ ਤੀਰ, ਤੇ ਰਾਮ ਕਹਿੰਦੇ ਸੂਰਜ ਅਸਤ ਹੋ ਗਿਆ ਤੇ ਮੈਂ ਮਰਿਆਦਾ ਨਹੀਂ ਤੋੜ ਸਕਦਾ, ਨਿਮਰਤਾ ਮੈਂ ਇਹਦੇ ਤੇ ਆਕਰਮਣ ਨਹੀਂ ਕਰਨਾ। ਹਨੂੰਮਾਨ ਜੀ ਕਹਿੰਦੇ ਮਹਾਰਾਜ ਚਿੰਤਾ ਨਾ, ਜਿੱਥੇ ਰਾਮ ਭਗਵਾਨ ਦਾ ਕੈਂਪ ਲੱਗਿਆ ਸੀ ਉੱਥੇ ਮਰਨ ਪੱਟੀ ਹੋਈ, ਜਾਮਾਵੰਤ ਨੇ ਮਰਨ ਪੱਟੀ ਕੀਤੀ ਸ਼ਲਿਆ। ਜਾਮਾਵੰਤ ਕਹਿੰਦਾ ਤੂੰ ਰਾਮ ਦੀ ਸ਼ਰਨ ਦੇ ਵਿੱਚ ਹੈ, ਤੇ ਰਾਮ ਕਹਿੰਦਾ ਮੈਨੂੰ ਮਾਰਿਆ ਨੀ। ਰਾਮ ਕਹਿੰਦੇ ਵੀ ਮੈਂ ਰਾਮ ਹੈ ਤਾਂ ਨੀ ਤੈਨੂੰ ਮਾਰਿਆ। ਤੇ ਜਾਮਾਵੰਤ ਨੇ ਇੱਕ ਸਵਾਲ ਪੁੱਛ ਲਿਆ ਭਲੇਖੇ ਦੇ ਵਿੱਚ ਰਾਵਣ ਕੀ, ਕਹਿੰਦੇ ਰਾਵਣ ਮੰਨ ਲਾ ਤੇਰੀ ਜਗ੍ਹਾ ਤੇ ਸ਼ੰਕਰ ਭਗਵਾਨ ਜੀ, ਕਿਸੇ ਨੇ ਤੁਹਾਨੂੰ ਇੱਕ ਗਾਲ ਕੱਢੀ ਤੁਸੀਂ ਉਹਨੂੰ ਚੁੱਪ ਕਰਕੇ ਸੁਣ ਲਓਗੇ? ਖੜਾ ਮੌਕਾ ਮਿਲਦਾ ਤੁਹਾਨੂੰ ਲੈਣ ਦੇ ਵਿੱਚ ਲੱਗਣ ਦਾ ਛੱਡੋਗੇ? ਟੈਂਟ ਲਾਉਣਾ ਹੋਵੇ ਬੰਦਾ ਕਹਿੰਦਾ ਵੀ ਭਾਈ ਗਲੀ ਦੇ ਵਿੱਚ ਲਾ ਟੈਂਟ, ਕੋਈ ਗੱਲ ਨੀ ਮਾਰ ਸੱਬੜ ਇੱਥੇ, ਤੇ ਉਹੀ ਬੰਦਾ ਬਾਅਦ ਦੇ ਵਿੱਚ ਕਈ ਜਾਂਦਾ ਹੁੰਦਾ, ਦੇਖ ਲਓ ਸਰਕਾਰ ਨੇ ਗਲੀਆਂ ਖਰਾਬ ਕਰਤੀਆਂ। ਬੋਲ ਸ਼ੰਕਰ ਭਗਵਾਨ ਜੀ, ਗੱਡੀ ਦੇ ਵਿੱਚ ਮੂੰਫਲੀਆਂ ਬੰਦਾ ਆਪ ਸਿਰ ਦਿੰਦਾ ਤੇ ਨਾਮ ਸਰਕਾਰ ਦਾ ਵੀ ਮੋਦੀ ਆ ਕੇ ਸਾਫ। ਬਹੂਆਂ ਹਰੇਕ ਨੂੰ ਚਾਹੀਦੀਆਂ ਨੇ, ਧੀ ਕੋਈ ਪੈਦਾ ਨਹੀਂ ਕਰਨੀ ਚਾਹੁੰਦਾ। ਛਾਂ ਹਰੇਕ ਨੂੰ ਚਾਹੀਦੀ ਹੈ, ਬ੍ਰਿਜ ਉਤਰਨਾ ਹੋ ਤਾਂ। ਕਹਿਣ ਲੱਗੇ ਰਾਵਣ ਵੱਡਾ ਜਿਸਨੇ ਕੈਲਾਸ਼ ਤੇ ਵਿਜੈ ਪਾਈ ਹੋਈ ਹੈ, ਔਰ ਇੱਕ ਆ ਕੇ ਕਹਿਣ ਲੱਗਿਆ ਰਾਵਣ ਨੀ ਵੱਡਾ ਸ਼੍ਰੀ ਰਾਮ ਵੱਡੇ। ਰਾਵਣ ਨੀ ਵੱਡਾ ਸ਼੍ਰੀ ਰਾਮ ਵੱਡੇ, ਜਿੱਥੋਂ ਰਾਵਣ ਦੀ ਕੁੱਲ ਸਫਾਈ ਹੋਈ ਹੈ। 1,00,000 ਪੂਤ ਸਵਾ ਲੱਖ ਨਾਤੀ ਤਾਂ ਰਾਵਣ ਘਰ ਦੀਆ ਨਾ। ਜਦੋਂ ਰਾਵਣ ਮਰਿਆ ਉਹਦੇ ਨਿਮਿਤ ਕੋਈ ਘੜੀਆਂ ਭਰਨ ਵਾਲਾ ਨਹੀਂ ਸੀ, ਜਦੋਂ ਰਾਵਣ ਮਰਿਆ ਉਹਦੇ ਨਿਮਿਤ ਕੋਈ ਰੋਣ ਵਾਲਾ ਨਹੀਂ ਸੀ, ਇਕੱਲਾ ਰਹਿ ਗਿਆ ਰਾਵਣ। ਰਾਮ ਵੱਡੇ ਜਿੱਥੋਂ ਰਾਵਣ ਦੀ ਕੁੱਲ ਸਫਾਈ ਹੋਈ ਹੈ, ਔਰ ਇੱਕ ਆ ਕੇ ਕਹਿਣ ਲੱਗਿਆ ਰਾਮ ਨੀ ਵੱਡੇ ਹਨ ਭਗਤ ਵੱਡੇ, ਜਿੱਥੋਂ ਰਾਮ ਨੇ ਜੈ ਜੈਕਾਰ ਕਰਾਈ ਹੋਈ। ਹੁਣ ਭਗਤ ਵੱਡੇ ਨੇ ਹੈਂਜੀ, 10-15 ਮਿੰਟ ਰਹਿ ਗਏ ਨੇ, ਫਿਰ ਵੀ ਘੜੀਆਂ ਦੇਖੀ ਜਾਂਦੇ, ਭਗਤ ਵੱਡੇ ਨਹੀਂ ਹੋ ਸਕਦੇ। ਬੋਲ ਸ਼ੰਕਰ ਭਗਵਾਨ ਦੇ ਕੀ, ਘੜੀਆਂ ਵੇਖੀ ਜਾਂਦੇ ਨੇ ਵੀ ਕਦੋਂ ਪੰਡਿਤ ਜੀ ਹਟਣਗੇ, 1.25 ਘੰਟਾ ਹੋ ਗਿਆ ਪੰਡਿਤ ਜੀ ਨੂੰ, ਬੰਦੇ ਕਿੱਥੇ ਭੱਜਦਾ, ਕਿਹਦੇ ਨਾਲ ਦੌੜ ਲਾ ਰਹੇ ਆ ਤੂੰ, ਆਪਦੇ ਆਪ ਤੇ ਭੱਜ ਰਿਹਾ। ਸੋਚਣ ਵਾਲੀ ਗੱਲ ਹੈ, ਜਿਹੜਾ ਡੀਪਲੀ ਸੋਚੋ ਬੰਦਾ ਦੌੜ ਕਿਹਦੇ ਨਾਲ ਲਾ ਰਿਹਾ, ਆਪਦੇ ਆਪ ਨਾਲ ਹੀ ਲਾ ਰਿਹਾ। ਸ਼ਾਮ ਜਾਂ ਜਦੋਂ ਟਾਈਮ ਹੁੰਦਾ, 95% ਲੋਕਾਂ ਦੀ ਪ੍ਰੋਬਲਮ ਹੈ ਹਿੰਦੁਸਤਾਨੀਆਂ ਦੀ ਖਾਸ ਕਰਕੇ, ਕਿ ਵੀ ਜੇ ਘਰੋਂ ਬਾਹਰ ਹੈ ਤਾਂ ਸੋਚੀਏ ਘਰੇ ਜਾਈਏ, ਤੇ ਜੇ ਘਰ 'ਚ ਬੈਠੇ ਹੈ ਫਿਰ ਸੋਚਦੇ ਬਾਹਰ ਜਾਈਏ। ਯੁੱਧ ਆਪਦੇ ਆਪ ਨਾਲ ਹੀ ਲੜਿਆ ਹੋਇਆ। ਸਤਯੁਗ ਦੇ ਵਿੱਚ ਜੋ ਯੁੱਧ ਹੁੰਦਾ ਸੀ
ਉਹ ਦੋ ਗ੍ਰਹਾਂ ਦੇ ਵਿੱਚ ਹੁੰਦਾ ਸੀ, ਦੋ ਪਲੈਨਟਸ ਦੇ ਵਿੱਚ ਯੁੱਧ ਹੁੰਦਾ ਸੀ। ਫਿਰ ਆ ਗਿਆ ਤ੍ਰੇਤਾ, ਤ੍ਰੇਤਾ ਦੇ ਵਿੱਚ ਯੁੱਧ ਹੁੰਦਾ, ਦੋ ਦੇਸ਼ਾਂ ਦੇ ਵਿੱਚ ਹੋਣ ਲੱਗ ਗਿਆ। ਫਿਰ ਆਇਆ ਦੁਆਪਰ, ਦੁਆਪਰ ਦੇ ਵਿੱਚ ਘਰਾਂ ਦੇ ਵਿੱਚ ਫੁੱਟ ਪੈ ਗਈ, ਘਰਾਂ 'ਚ ਲੜਾਈ ਹੋਣ ਲੱਗ ਗਈ। ਤੇ ਹੁਣ ਆਇਆ ਭਾਈ ਬੋਲੋ ਕਲਯੁੱਗ ਆ ਗਿਆ। ਕਹਿਣਾ ਨਹੀਂ ਚਾਹੁੰਦੇ ਪਰ ਆ ਗਿਆ ਪ੍ਰੇਮੀਓ, ਕਲਯੁੱਗ ਆ ਹੀ ਗਿਆ। ਗੁਰੂ ਸ਼ੰਕਰ ਭਗਵਾਨ ਕੀ ਜਦੋਂ ਸਤਸੰਗ ਦੇ ਵਿੱਚ ਕਹਿ ਕੇ ਸੱਦਣਾ ਪੈਂਦਾ ਤਾਂ ਕਲਯੁੱਗ ਆ ਹੀ ਗਿਆ। ਜਦੋਂ ਬੰਦਾ ਸਤਸੰਗ ਤੋਂ ਜ਼ਿਆਦਾ ਫਿਲਮ ਦੇਖਣਾ ਪਸੰਦ ਕਰਦਾ ਤਾਂ ਕਲਯੁੱਗ ਆ ਗਿਆ। ਜਦੋਂ 18 ਸਾਲਾਂ ਦਾ ਬੱਚਾ ਮਾਂ ਪਿਓ ਦਾ ਗਲਾ ਨੂੰ ਫੜਦਾ ਤਾਂ ਕਲਯੁੱਗ ਆ ਗਿਆ। ਜਦੋਂ ਆਪਾਂ ਧਰਮ ਦੀ ਅਪੇਕਸ਼ਾ ਆਪਾਂ ਆਪ ਕਰਦੇ ਹਾਂ ਤਾਂ ਕਲਯੁੱਗ ਆ ਗਿਆ, ਕਲਯੁੱਗ ਆ ਗਿਆ। ਤੇ ਹੁਣ ਕਲਯੁੱਗ ਦੇ ਵਿੱਚ ਕਿਹਦੀ ਲੜਾਈ ਹੁੰਦੀ ਹੈ? ਕਿਹਦੇ ਨਾਲ? ਕਿਸੇ ਦੀ ਲੜਾਈ ਨਹੀਂ ਹੁੰਦੀ ਕਿਸੇ ਨਾਲ, ਸਭ ਇੱਕੋ ਥਾਲੀ ਦੇ ਬਣ ਜਾਂਦੇ ਨੇ। ਇਹ ਅੱਜ ਲੜਾਈ ਕਰ ਲਓ, 10 ਦਿਨਾਂ ਨੂੰ ਫੇਰ ਇਕੱਠੇ ਹੋ ਜਾਣਗੇ, ਹੋਣਾ ਵੀ ਚਾਹੀਦਾ। ਪਰ ਇੱਕ ਲੜਾਈ ਹੈ ਜਿਹੜੀ 24 ਘੰਟੇ ਬੰਦੇ ਨਾਲ ਚੱਲਦੀ ਹੈ, ਉਹ ਹੈ ਬੰਦੇ ਦੀ ਬੰਦੇ ਦੇ ਨਾਲ, ਪੰਕਜ ਸ਼ਰਮਾ ਦੀ ਪੰਕਜ ਸ਼ਰਮਾ ਦੇ ਨਾਲ। ਮੇਰੀ ਲੜਾਈ ਮੇਰੇ ਆਪ ਦੇ ਨਾਲ ਹੀ ਹੈ, ਹਰ ਬੰਦੇ ਨਾਲ ਹੀ ਹੋ ਰਿਹਾ ਡਿਪਰੈਸ਼ਨ। ਔਰ ਬਾਬਾ ਨਾਨਕ ਜੀ ਕਹਿ ਕੇ ਗਏ ਨੇ ਸਭ ਤੋਂ ਵੱਡਾ ਨਰਕ ਉਹੀ ਹੈ ਜਿਹੜਾ ਬੰਦਾ ਡਿਪਰੈਸ਼ਨ 'ਚ ਹੈ। ਬਠਿੰਡਾ ਸ਼ਹਿਰ ਤੁਸੀਂ ਇੱਕ ਦੁਕਾਨ ਤੋਂ ਲੈ ਕੇ ਜੋ 7 ਦੁਕਾਨਾਂ ਦੇ ਵਿੱਚ ਜਾਇਓ ਲਗਾਤਾਰ ਕੰਟੀਨਿਊਸਲੀ, ਤੁਹਾਨੂੰ 7 ਦੇ ਵਿੱਚੋਂ 2 ਬੰਦੇ ਵੀ ਨਹੀਂ ਇਹੋ ਜਿਹੇ ਮਿਲਣੇ ਜਿਹੜੇ ਨੈਚੁਰਲ ਹੱਸੀ ਜਾਂਦੇ ਹੋਣਗੇ, ਮੂੰਹ ਤੇ ਸਮਾਈਲ ਹੋਏ ਨਹੀਂ ਮਿਲਦਾ ਤੁਹਾਨੂੰ। ਕੋਈ ਬੰਦਾ ਹੱਸ ਹੀ ਨਹੀਂ ਸਕਦਾ ਪ੍ਰੇਮੀਓ, ਕੋਈ ਬੰਦਾ ਮੂੰਹ ਹੀ ਨਹੀਂ ਖੋਲ ਰਿਹਾ ਆਪਦਾ, ਹਰ ਬੰਦਾ ਟੈਨਸ਼ਨ ਦੇ ਵਿੱਚ ਬੈਠਾ। ਵਰਕ ਲੋਡ ਹੈ ਬੰਦੇ ਦੇ ਸਿਰ ਤੇ, ਜ਼ਿੰਮੇਵਾਰੀਆਂ ਨੇ, ਕਬੀਲਦਾਰੀਆਂ ਨੇ, ਪਰ ਬੰਦਿਆ ਇਹਨਾਂ ਚੀਜ਼ਾਂ ਨੇ ਤੇਰੇ ਨਾਲ ਨਹੀਂ ਜਾਣਾ। ਸੰਸਾਰ ਸਰਾਤੇ ਹੈ ਨਾ ਦੌਲਤ ਕਾਮ ਆਤੀ ਹੈ, ਨਾ ਸਾਥੀ ਸਾਥ ਦੇਤੇ ਹੈ ਨਾ ਇਹ ਦੌਲਤ ਕਾਮ ਆਤੀ ਹੈ, ਸਹਾਰੇ ਛੂਟ ਜਾਤੇ ਹੈ ਮਗਰ ਭਗਤੀ ਕਾਮ। ਅੱਜ ਇਸ ਜਗ੍ਹਾ ਤੋਂ, ਅੱਜ ਇਸ ਜਗ੍ਹਾ ਤੋਂ ਮੈਂ ਵੀ ਚੱਲ ਜਾਊਂਗਾ ਬੱਸ ਦੇ ਵਿੱਚ ਬੈਠ ਕੇ ਤਲਵੰਡੀ ਵਾਲੀ, ਤੁਸੀਂ ਵੀ ਪਰਿਵਾਰ ਨੂੰ ਮਿਲ ਕੇ ਚਲੇ ਜਾਓਗੇ, ਰਿਸ਼ਤੇਦਾਰ ਵੀ ਸੰਬੰਧੀ ਬਹੁਤ ਜਾਣੇ ਚਲੇ ਜਾਣਗੇ। ਪਰ ਜਦੋਂ ਮੇਰੇ ਭਈਆ ਕੁਲਦੀਪ ਕੁਮਾਰ, ਅਨਿਲ ਕੁਮਾਰ, ਸੁਸ਼ੀਲ ਕੁਮਾਰ ਘਰੇ ਜਾਣਗੇ, ਇਹਨਾਂ ਨੂੰ ਬਾਬੂ ਜੀ ਦੀ ਕਮੀ ਮਹਿਸੂਸ ਹੈ। ਹੁਣ ਦਵਾਈ ਦੇਣ ਦਾ ਟਾਈਮ ਸੀ, ਹੁਣ ਰੋਟੀ ਖਾਣ ਦਾ ਟਾਈਮ ਸੀ ਬਾਬੂ ਜੀ ਦਾ, ਪਤਾ ਲੱਗੇਗਾ ਪਰਿਵਾਰ ਨੂੰ ਪ੍ਰੇਮੀਓ, ਪਤਾ ਲੱਗੇਗਾ। ਦੌੜ ਕਾਹਦੇ ਨਾਲ ਹੈ? ਬਾਬੂ ਜੀ ਦੀ ਫੋਟੋ ਲੱਗੀ, ਇੱਕੋ ਹੀ ਸੰਦੇਸ਼ਾ ਦੇ ਰਹੀ ਹੈ, ਇੱਕੋ ਹੀ ਸੰਦੇਸ਼ਾ ਦੇ ਰਹੀ ਹੈ ਵੀ ਬੰਦਿਆ ਥੰਮ ਜਾ, ਖੜ ਜਾ, ਸਾਹ ਲੈ ਲਾ, ਕਿਹਦੇ ਵਾਸਤੇ ਭੱਜਿਆ ਫਿਰਦਾ ਹੈ? ਜਿੰਨਾ ਤੇਰੀ ਕਿਸਮਤ ਦੇ ਵਿੱਚ ਹੈ ਤੈਨੂੰ ਮਿਲ ਜਾਏਗਾ, ਜਿੰਨਾ ਤੇਰੇ ਕਰਮਾਂ ਦੇ ਵਿੱਚ ਹੈ ਤੈਨੂੰ ਮਿਲ ਜਾਏਗਾ, ਬਾਕੀ ਜੋ ਤੂੰ ਮਿਹਨਤ ਕਰੇਗਾ, ਜੋ ਨਹੀਂ ਲਿਖਿਆ ਉਹ ਵੀ ਤੈਨੂੰ ਮਿਲ ਜਾਏਗਾ। ਕਰਮ ਜਿਹੜੇ ਲਿਖਾ ਕੇ ਲਿਆਏ ਆ ਪ੍ਰੇਮੀਓ, ਉਹੀ ਕੰਮ ਆਏਗਾ। ਫਿਰ ਕਾਹਦੀ ਦੌੜ ਹੈ? ਕਾਸੇ ਦੀ ਹੋੜ ਹੈ। ਮੰਦਰ ਵਿੱਚ ਆਰਤੀ ਕਰਨੀ ਸੀ, 3 ਬੰਦਿਆਂ ਨੂੰ ਬੁਲਾ ਲਿਆ। ਮੈਂ ਕਿਹਾ ਬਾਈ ਆਰਤੀ ਦੇ ਵਿੱਚ ਆਇਆ ਕਰੋ, ਹੁਣ ਪੰਡਤ ਵਿਚਾਰਾ ਆਰਤੀ ਘੁਮਾਵੇ ਕਿ ਟੱਲੀ ਵਜਾਵੇ? ਇੱਕ ਹੱਥ ਨਾਲ ਆਰਤੀ, ਇੱਕ ਹੱਥ ਨਾਲ ਗੰਟੀ, ਤੇ ਜੇ ਕੋਈ ਆ ਜੇ ਪ੍ਰਸ਼ਾਦ ਵੀ ਦੇਣਾ। ਮੈਂ ਕਿਹਾ ਭਾਈ 3 ਬੰਦੇ ਆਇਆ ਕਰੋ। ਮੈਂ ਪਹਿਲੇ ਨੂੰ ਕਿਹਾ, ਮੈਂ ਕਿਹਾ ਆਰਤੀ 'ਚ ਆਇਆ ਕਰ। ਕਹਿੰਦਾ ਬਾਬਾ ਮੈਂ ਨਹੀਂ ਆ ਸਕਦਾ। ਮੈਂ ਕਿਹਾ ਕਿਉਂ ਨਹੀਂ ਆ ਸਕਦਾ? ਕਹਿੰਦਾ ਪੰਡਿਤ ਜੀ ਸਾਡੀ ਦੁਕਾਨਦਾਰੀ, ਦੁਕਾਨਦਾਰੀ ਔਖੀ ਹੋ ਜਾਂਦੀ ਹੈ। ਮੈਂ ਕਿਹਾ ਚੱਲ ਭਾਈ। ਦੂਜੇ ਨੂੰ ਮੈਂ ਕਿਹਾ ਭਾਈ ਤੂੰ ਆ ਜਾਇਆ ਕਰ। ਕਹਿੰਦਾ ਬਾਬਾ ਜੀ ਮੈਂ ਵੀ ਨਹੀਂ ਆ ਸਕਦਾ। ਮੈਂ ਕਿਹਾ ਕਿਉਂ ਨਹੀਂ ਆ ਸਕਦਾ? ਕਹਿੰਦਾ ਜੀ ਮੇਰੀ ਠੇਕੇਦਾਰੀ ਹੈ ਗੁਰੂ ਸ਼ੰਕਰ ਭਗਵਾਨ ਦੀ, ਸੜਕਾਂ ਤੇ ਟੈਂਡਰ ਟੁੰਡਰ ਨਿਕਲਦੇ ਨੇ, ਮੈਨੂੰ ਜਾਣਾ ਪੈਂਦਾ, ਲੇਬਰ ਕੰਮ ਨਹੀਂ ਕਰਦੀ। ਤੀਜੇ ਨੂੰ ਕਿਹਾ, ਜ਼ਿਮੀਦਾਰ ਭਾਈ ਬੈਠਾ ਸੀ, ਮੈਂ ਕਿਹਾ ਬਾਈ ਜੀ ਤੁਸੀਂ ਆ ਜਾਇਆ ਕਰੋ। ਕਹਿੰਦਾ ਬਾਬਾ ਅਸੀਂ ਵੀ ਨਹੀਂ ਆ ਸਕਦੇ, ਸਾਡੀ ਪਾਣੀ ਦੀ ਵਾਰੀ ਹੈ। ਤੇ ਮੈਂ ਕਿਹਾ ਭਾਈ ਕੋਈ ਗੱਲ ਨੀ, ਜਿੱਦਣ ਕਿਸੇ ਰਿਸ਼ਤੇਦਾਰ ਦਾ ਵਿਆਹ ਆ ਜੇ
ਹੈ ਜੀ, ਤੇ ਬੰਦਾ ਦੋ ਦਿਨ ਪਹਿਲਾਂ ਦੁਕਾਨ ਵਧਾ ਦਿੰਦਾ, ਕੋਈ ਗੱਲ ਨੀ, ਕਹਿੰਦਾ ਰਿਸ਼ਤੇਦਾਰ ਦਾ ਵਿਆਹ ਹੈ। ਫਿਰ ਹਰ ਇੱਕ ਕਿਰਪਾ ਵਾਸਤੇ ਭੱਜਿਆ ਪੈਂਦਾ। ਕਿਰਪਾ ਸੌਖੀ ਵੀ ਬਹੁਤ ਹੈ ਤੇ ਔਖੀ ਵੀ ਬਹੁਤ ਹੈ। ਸੌਖੀ ਕਿਰਪਾ ਜੇ ਲੈਣੀ ਹੈ ਕਿਸੇ ਵੀ ਮੇਰੇ ਵਰਗੇ ਪੰਡਿਤ ਕੋਲੇ ਜਾਂ ਸਾਧੂ ਸੰਤ ਕੋਲੇ ਤੁਸੀਂ ਮੰਗ ਜਾਓ, ਜਿਹੜਾ 500 ਰੁਪਈਆ ਲਏਗਾ ਤਾਂ 100 ਦੇ 5 ਲੈ ਆਏ, ਤਾਂ ਨਵਾਂ ਚੱਲਿਆ ਜਿਹੜਾ ਉਹ ਲਿਆ। ਮੈਂ ਵੈਸੇ ਦੱਸ ਰਿਹਾ ਤੁਹਾਨੂੰ, ਕਿਰਪਾ ਲੈਣੀ ਹੈ ਤਾਂ ਹੀ ਕਰਿਓ, 100-100 ਦੇ ਨੋਟ ਲਿਓ, 5 ਤੇ 1 ਬਰਫੀ ਦਾ ਡੱਬਾ, ਤੇ ਫਿਰ ਤੇ ਬੰਦੇ ਦੇ ਕਿੱਧਰ ਨੇ ਪਾਸੇ ਨਾ ਲੱਗ ਜੇ, ਬੰਦੇ ਨੂੰ ਕਾਰ ਮਿਲ ਜੇ ਜਾਂ ਕਿੱਧਰੇ ਉਹਨੂੰ ਬਿਜ਼ਨਸ ਦੇ ਵਿੱਚ ਪ੍ਰੋਫਿਟ ਹੋ ਜੇ ਤਾਂ ਬਾਬੇ ਦੀ ਜਿਹੜੇ ਕਰ ਆਟੋਮੈਟਿਕਲੀ ਹੈ। ਪਰ ਬੇਸਿਕਲੀ ਜੇ ਧਿਆਨ ਕਰੀਏ ਤਾਂ ਤੁਸੀਂ ਇਹਨੂੰ ਕਿਰਪਾ ਮੰਨਦੇ ਹੋ ਜਿਹੜੀ ਹੋਈ ਨਹੀਂ, ਇਹ ਤਾਂ ਤੁਹਾਨੂੰ ਮੋਹ ਮਾਇਆ ਦੇ ਝੰਡੇ ਵਿੱਚ ਹੀ ਫਸਾਤਾ ਬਾਬੇ ਨੇ। ਤੇ ਵੈਸੇ ਸੰਤ ਕਾਹਦੇ ਵਾਸਤੇ ਬਣੇ ਨੇ? ਸੰਤ ਮਤਲਬ ਹਨੇਰਾ ਅੰਤ, ਜਿੱਡਾ ਵੱਡਾ ਸੰਤ ਅੱਜ ਛੋਟੀ ਵੱਡੀ ਕਾਰ ਹੈ ਤੇ ਸਮਝ ਨਹੀਂ ਆਉਂਦਾ ਸੰਤ ਹੈ ਕਿ ਕਲਾ, ਏਦਾਂ ਦਾ ਸਿਸਟਮ ਹੋ ਗਿਆ। ਪਰ ਸਿਸਟਮ ਆਪਾਂ ਆਪ ਚੇਂਜ ਕੀਤਾ ਹੈ। ਕਿਰਪਾ ਵਾਸਤਵ ਦੇ ਵਿੱਚ ਕੀ ਹੈ? ਸ੍ਰੀ ਗੁਰੂ ਗੋਬਿੰਦ ਸਿੰਘ 4 ਸਾਹਿਬਜ਼ਾਦੇ 2 ਨੂੰ ਭੇਜਤਾ ਯੁੱਧ ਦੇ ਵਿੱਚ, ਔਰ ਆਪ ਬੈਠੇ ਨੇ ਰੋਹੀ ਪਿਆ ਬਾਣ ਦੇ ਵਿੱਚ ਮੁੱਢ ਦਾ ਸਰਾਣਾ ਲਾ ਕੇ। ਦੂਤ ਆਇਆ, ਕਹਿੰਦਾ ਬਾਬਾ ਜੀ ਬਹੁਤ ਮਾੜੀ ਖਬਰ ਹੈ। ਰੋਣ ਲੱਗ ਗਿਆ ਉੱਚੀ ਉੱਚੀ। ਬਾਬਾ ਜੀ ਕਹਿੰਦੇ ਕੀ ਗੱਲ ਹੋ ਗਈ? ਦੂਤ ਉੱਚੀ ਉੱਚੀ ਰੋਵੇ। ਬਾਬਾ ਜੀ ਕਹਿੰਦੇ ਕੀ ਗੱਲ ਹੋ ਗਈ? ਦੂਤ ਉੱਚੀ ਉੱਚੀ ਰੋਵੇ। ਬਾਬਾ ਜੀ ਕਹਿੰਦੇ ਦੱਸ ਤਾਂ ਦੇ ਕੀ ਹੋ ਗਿਆ? ਕਹਿੰਦਾ ਬਾਬਾ ਜੀ ਦੋਨੋਂ ਸਾਹਿਬਜ਼ਾਦਿਆਂ ਦੇ ਵਿੱਚ ਆਪਾਂ ਪੀਸ ਭਾਲਦੇ, ਸ਼ਾਂਤੀ ਭਾਲਦੇ, ਵੀ ਇੱਥੇ ਸ਼ਾਂਤੀ ਮਿਲ ਜੇ ਤਾਂ ਵਧੀਆ, ਤੈਨੂੰ ਉੱਥੇ ਵੀ ਨਹੀਂ ਮਿਲ ਸਕਦੀ। ਜਿਹਦਾ ਮਨ ਨੀ ਸ਼ਾਂਤ ਤੇ ਮਨ ਸ਼ਾਂਤ ਕਰਨ ਹੋਣ ਦਾ ਇੱਕੋ ਇੱਕ ਮਾਧਿਅਮ ਹੈ, ਉਹ ਹੈ ਸਤਸੰਗ। ਤਾਂ ਕਹਿਣ ਲੱਗੇ ਸੰਗਤ ਵੱਡੀ, ਜਿੱਥੋਂ ਰਾਮ ਨੇ ਜੈ ਜੈਕਾਰ ਕਰਾਈ ਹੋਈ ਹੈ, ਤੇ ਮੈਂ ਨਹੀਂ ਕਹਿੰਦਾ ਸੰਗਤ ਵੱਡੀ, ਮੈਂ ਕਹਿੰਦਾ ਸਤਸੰਗ ਵੱਡਾ ਜਿੱਥੋਂ ਸੰਗਤਾਂ ਨੇ ਪਦਵੀ ਪਾਈ ਹੋਈ। ਸੋ ਆਓ ਇਸ ਸ਼ੌਂਕ ਸਲਿਪ ਪਰਿਵਾਰ ਨਾਲ ਆਪ ਜੀ ਦਾ ਮੈਂ ਪਰਿਚਾ ਕਰਵਾਊਂਗਾ, ਉਸ ਤੋਂ ਬਾਅਦ ਆਦਰਣੀ ਪੰਡਿਤ ਜੀ ਸਵਰਗੀ ਸ਼੍ਰੀ ਜੀਤ ਰਾਜ ਜੀ ਕੱਕੜ ਸਾਹਿਬ 82 ਵਰਸ਼ ਦੀ ਆਯੂ ਜੀ ਕੇ ਗਏ ਨੇ। 82 ਵਰਸ਼ ਵੀ ਮੈਂ ਥੋੜੇ ਮੰਨਦਾ, ਜਿਹੜੀ ਇਹੋ ਜਿਹੀ ਸ਼ਖਸੀਅਤਾਂ ਹੁੰਦੀਆਂ ਨੇ ਇਹਨਾਂ ਵਾਸਤੇ 82 ਸਾਲ ਵੀ ਬਹੁਤ ਥੋੜੇ ਨੇ। ਜ਼ਰੂਰਤ ਸੀ ਇਹਨਾਂ ਦੀ, ਇਹੋ ਜਿਹੀ ਸ਼ਖਸੀਅਤਾਂ ਦੀ। ਕੁਛ ਲੋਕ ਅਜਿਹੇ ਹੁੰਦੇ ਨੇ ਜੋ ਪਲ ਪਲ ਚੇਤੇ ਆਉਂਦੇ ਨੇ, ਕੁਛ ਖੁਸ਼ੀ ਗਮੀ ਦੇ ਮੌਕੇ ਤੇ ਯਾਦਾਂ ਦਾ ਹਿੱਸਾ ਪਾਉਂਦੇ ਨੇ, ਕੁਛ ਜਿਉਂਦੇ ਮੋਇਆਂ ਵਰਗੇ ਨੇ, ਕੁਛ ਮਰ ਕੇ ਵੀ ਜਿਉਣਾ ਚਾਹੁੰਦੇ ਨੇ, ਬਾਕੀ ਸਾਰੀ ਖੇਡ ਹੈ ਕਰਮਾਂ ਦੀ। ਕੁਛ ਲੋਕੀ ਬੂਟੇ ਲਾਉਂਦੇ ਨੇ, ਕੁਛ ਲੋਕੀ ਬੂਟੇ ਪੱਟਦੇ ਨੇ, ਪਰ ਬੂਟੇ ਲਾਉਣ ਵਾਲੇ ਸੂਝਵਾਨ ਮਾਲੀ, ਮਾਂ ਦਾ ਫਰਜ਼ ਵੀ ਇਹਨਾਂ ਨੇ 22 ਸਾਲਾਂ ਤੋਂ ਅਦਾ ਕੀਤਾ। ਕੁਲਦੀਪ ਨੂੰ, ਅਨਿਲ ਨੂੰ, ਸੁਸ਼ੀਲ ਨੂੰ ਕਦੇ ਫੀਲ ਨਹੀਂ ਹੋਣ ਦਿੱਤਾ, ਜੋ ਮਰਜ਼ੀ ਕੀਤਾ ਇਹਨਾਂ ਨੇ, ਯਤਨ ਕੀਤਾ, ਪ੍ਰਯਤਨ ਕੀਤਾ। ਦਾਨੀ ਕਰਨ ਦਾਨੀ, ਰਾਜਾ ਬਲੀ ਵਰਗੇ ਦਾਨੀ, 3 ਨੂਹਾਂ ਨੇ, ਗੀਤਾ ਕੱਕੜ, ਮਮਤਾ ਕੱਕੜ, ਨੀਸ਼ਾ ਕੱਕੜ, 2 ਭਾਈ, 1 ਸਵਰਗਵਾਸ ਹੋ ਚੁੱਕਿਆ ਹੈ, ਸਵਰਗੀ ਸ਼੍ਰੀ ਮਹਿੰਦਰਪਾਲ ਔਰ ਆਦਰਣੀ ਸ਼੍ਰੀ ਓਮ ਪ੍ਰਕਾਸ਼ ਜੀ। 1 ਬੇਟੀ ਹੈ, ਵੈਸੇ ਤਾਂ 1 ਬੇਟੀ ਹੈ, ਪਰ ਮੈਂ ਕਹਿੰਦਾ 4 ਬੇਟੀਆਂ ਨੇ ਇਹਨਾਂ ਦੀਆਂ। ਆ ਜਿਹੜੀਆਂ ਗੀਤਾ ਕੱਕੜ, ਮਮਤਾ ਕੱਕੜ, ਨੀਸ਼ਾ ਕੱਕੜ ਹੈ, ਇਹ ਨੂਹਾਂ ਵੀ ਇਹਨਾਂ ਦੀ ਬੇਟੀਆਂ ਨੇ, ਔਰ ਬੇਟੀ ਬਣ ਕੇ ਇਹਨਾਂ ਨੇ ਸੇਵਾ ਕੀਤੀ ਹੈ। ਅੰਸ਼ੂ ਰਾਣੀ ਇਹਨਾਂ ਦੀ ਬੇਟੀ ਹੈ, ਔਰ ਨਾਲ ਦਾਮਾਦ ਜੋ ਕਿ ਬੇਟੇ ਬਣ ਕੇ ਸੇਵਾ ਕੀਤੀ, ਸ਼ਾਮ ਲਾਲ ਜੀ ਫਿਰੋਜ਼ਪੁਰ ਤੋਂ। ਪੋਤਰੇ ਨੇ ਜਿਨ੍ਹਾਂ ਨੇ ਸਵਰਗ ਦੀ ਪੌੜੀ ਚੜ੍ਹਾਇਆ, ਸੁਨੀਲ, ਪ੍ਰਵੀਨ, ਨਵੀਨ, ਸਾਹਿਲ, ਰੀਤੂ ਔਰ ਅਸਮ। ਪੌਤਰ ਵਧੂ ਆਲੀਸ਼ਾ ਔਰ ਪੂਰਾ ਸਮਸਤ ਕੱਕੜ ਪਰਿਵਾਰ, ਬਿਰਾਦਰੀ, ਆਪ ਜੀ ਜੋ ਵੀ ਇੱਥੇ ਚੱਲ ਕੇ ਆਏ ਨੇ,
ਆਪ ਜੀ ਦੇ ਚਰਨਾਂ ਦੇ ਵਿੱਚ ਕੋਟਿਨ ਕੋਟਿਨ ਨਿਵੇਦਨ ਆਪਾਂ ਸਾਰੇ ਕਰਦੇ ਹਾਂ। ਸਾਰੀ ਸੰਗਤ ਜਿੰਨੇ ਵੀ ਆਪਾਂ ਇੱਥੇ ਬੈਠੇ ਹਾਂ ਮਿਲ ਕਰਕੇ ਪ੍ਰਭੂ ਦੇ ਚਰਨਾਂ ਦੇ ਵਿੱਚ ਆਰਤੀ ਕਰਾਂਗੇ। ਸਭੀ ਪਰਿਵਾਰ ਕੇ ਜੋ ਸਦੱਸਯ ਹੈ, ਕੱਕੜ ਪਰਿਵਾਰ ਕੇ ਸਦੱਸਯ ਆਗੇ ਆ ਜਾਏ ਔਰ ਮਿਲ ਕਰਕੇ ਭਗਵਾਨ ਕੀ ਆਰਤੀ ਕਰੇਗਾ। ਔਰ ਬਾਕੀ ਜਿੰਨੀ ਵੀ ਸੰਗਤ ਆ ਹੱਥ ਜੋੜ ਕੇ ਇਸੇ ਜਗ੍ਹਾ ਤੇ ਬੈਠੇ ਰਹੋ। ਉਸ ਤੋਂ ਬਾਅਦ ਕਈ ਸ਼ੋਕ ਪ੍ਰਸਤਾਵ ਵੀ ਆਏ ਨੇ, ਉਹ ਵੀ ਤੁਹਾਨੂੰ ਦੱਸਾਂਗੇ। ਤਾਂ ਸਭ ਤੋਂ ਪਹਿਲਾਂ ਆਰਤੀ, ਉਸ ਤੋਂ ਬਾਅਦ ਜੋ ਅੱਗੇ ਦੀ ਪ੍ਰਕਿਰਿਆ ਹੈ। Yeah.
संतर प्रभु सेवा ओम जय जगदीश हरे श्याम सुंदर की आरती जो कोई न गावे स्वामी प्रेम सहित गावे कह उमापति महादेव की जय सियावर रामचंद्र महाराज की विष्णु भगवान की गंगा मैया की गरुड़ महाराज की सारी संगत विश्व का गौ माता की सब संतों की सब भक्तों की वल्लभ मणि गुजारिश है कक्कड़ परिवार की तरफ सारी संगत के चरणों के बीच मैं कर रहा हूं कोई भी सज्जन कोई भी वीर भाई बंदा लंगर प्रसाद का जरूर ग्रहण करके जाना है और कोई भी रिश्तेदार भाई बंधु जेडे भी आए परिवार को बिना मिले किसी ने नहीं जाना परिवार को मिल करके आग्या ले करके फिर जाना है और जो पगड़ी लेकर के आए हैं ओहो बिरादरी के जिन्हें भी मौजूद ने वड्डे ने उन्होंने मेरी गुजारिश है राजू महाराज सारे बैठाओ इधर आओ जी इधर आओ बैठा ਇੱਧਰ ਕਿੱਧਰ ਆਓ ਜੀ ਆਓ ਜੀ ਆਓ ਆਓ ਜੀ ਇੱਧਰ ਆਓ
Thank you.